ਮੈਂ ਬਹੁੰਦੇ ਸੀਗਾ ਤੇ ਮੈਨੂੰ ਦੀਪਲਾ ਕੋਣ ਆਇਆ ਕਿ ਬਹੁਵੀ देओल ਦਾ ਫੋਨ ਆਇਆ ਸੀ ਉਹ ਕਹਿੰਦਾ ਕਿ ਤੂੰ ਸਾਡੇ ਨਾਲ ਨਾ ਗਦਾਰੀ ਕੀਤੀ ਤੂੰ ਭਈਆ ਸਨੀ ਨੂੰ ਜਿਵੇਂ ਕਹਿੰਦੇ ਆ ਸਾਰੇ ਸਨੀ ਭਈਆ ਤੂੰ ਸਨੀ ਭਈਆ ਦੇ ਪਿੱਠ 'ਚ ਛੋਰਾ ਮਾਰਿਆ ਤੇ ਧੀ ਪੇ ਇਸ ਗੱਲ ਤੋਂ ਬਹੁਤ ਜ਼ਿਆਦਾ ਮਤਲਬ ਉਹਨੂੰ ਦੁੱਖ ਹੋਇਆ ਇਸ ਗੱਲ ਦਾ ਕਿ ਯਾਰ ਮੇਰੇ ਮੈਂ ਕਹਾਂ ਦਾ ਪਿੱਠ 'ਚ ਛੋਰਾ ਮਾਰਿਆ ਮੈਂ ਇੱਕ ਅਲੱਗ ਗੱਲ ਕਰ ਰਿਹਾ ਤੁਹਾਡੇ ਖਿਲਾਫ ਨਹੀਂ ਬੋਲ ਰਿਹਾ ਕੋਈ ਕੁਝ ਨਹੀਂ ਕਰ ਰਿਹਾ ਉਹ ਅਖਰੀ ਗੱਲ ਆ ਕਿ ਮੈਂ ਇਸ ਵਿਚਾਰਧਾਰਾ ਦੇ ਖਿਲਾਫ ਬੋਲ ਰਿਹਾ ਤੁਸੀਂ ਉਸ ਵਿਚਾਰਾ ਵਿਚਾਰਧਾਰਾ ਦੇ ਧਾਰਨੀ ਹੋ। ਉਹ ਕਿਸ ਕਿਸਮ ਦੀ ਦੀਪਦੀ ਸ਼ਖਸੀਅਤ ਸੀ ਪਿੱਠ ਚ ਛੋਰਾ ਮਾਰਨ ਵਰਗੇ ਸ਼ਬਦ ਉਹਨੂੰ ਬਹੁਤ ਹਰਟ ਕਰਦੇ ਸੀ ਕਿ ਉਹਨੂੰ ਇਦਾਂ ਲੱਗਦਾ ਸੋ ਚਾਹੇ ਉਹਨੂੰ 26 ਜਨਵਰੀ ਨੂੰ ਗਦਾਰ ਕਹੋ ਚਾਹੇ ਉਸ ਟਾਈਮ ਦਿ올 ਪਰਿਵਾਰ ਨੇ ਇਹ ਗੱਲ ਕਹੀ ਤੇ ਮੈਂ ਉਹਨੂੰ ਇਹ ਹੀ ਕਿਹਾ ਮੈਂ ਕੋਈ ਗੱਲ ਨਹੀਂ ਇਹ ਕੁਰਬਾਨੀਆਂ ਦੇਣੀਆਂ ਹੀ ਪੈਂਦੀਆਂ ਨੇ। ਜਿਹੜੀ ਘਰ ਸੀਗਾ ਧਰਮਿੰਦਰ ਹੋਰਾਂ ਦਾ ਘਰ ਜਿਹੜਾ ਦੀਪ ਦੇ ਘਰ ਤੋਂ ਬਹੁਤ ਨੇੜੇ ਹੂੰ ਉਹ ਜਦੋਂ ਵੀ ਗੱਲ ਕਰਦੇ ਉਹ ਕਹਿੰਦਾ ਮੈਂ ਬੰਗਲੋ ਆ ਸਰ ਬੰਗਲੋ ਦਾ ਮਤਲਬ ਸੀ ਉਹਨਾਂ ਦੇ ਘਰ ਧਰਮਿੰਦਰ ਦੇ ਘਰ ਜ਼ਿਆਦਾਤਰ ਉੱਥੇ ਰਹਿੰਦਾ ਸੀ ਸਵੇਰ ਆਮ ਹੀ ਹਾਂ ਜਿਮ ਉੱਥੇ ਕਰਦਾ ਅਸੀਂ ਜਾਂਦੇ ਤਾਂ ਅਸੀਂ ਖਾਣਾ ਵੀ ਰਸੋਈ 'ਚ ਹੀ ਖਾਂਦੇ ਮਤਲਬ ਰਸੋਈ 'ਚ ਧਰਮਿੰਦਰ ਹੋਰਾਂ ਦੇ ਘਰੇ ਕੋਈ ਮੜਾ ਜਾਂ ਕੰਮ ਹੁੰਦਾ ਧਰਮਜੀ ਸਾਰਾ ਤੈਨੂੰ ਉਹਨੂੰ ਫੋਨ ਕਰੀ ਜਾਂਦੇ ਰਹਿੰਦੇ ਬਸ 10 ਮਿੰਟ ਬਾਅਦ ਵੀ ਫੋਨ ਕਰ ਦੇ ਤੇ ਕਈ ਵਾਰੀ ਦੀਪਕ ਵੀ ਜਾਂਦਾ ਇਹ ਸਰ ਮੈਂ ਤੁਹਾਨੂੰ ਕਹਿਤਾ ਨਾ ਉਹ ਮੇਰੀ ਜ਼ਿੰਮੇਵਾਰੀ ਆ ਮੈਂ ਕੰਮ ਉਹ ਕਰ ਦੂੰਗਾ ਬੰਬੇ ਤੋਂ ਬਾਹਰ ਕਿਤੇ ਜਾਣਾ ਹੁੰਦਾ ਧਰਮਜੀ ਨੂੰ ਤਾਂ ਦੀਪ ਲੈ ਕੇ ਜਾਂਦਾ ਹਨਾ ਤੁਸੀਂ ਸਨੀ ਨੂੰ ਵੀ ਦੇਖਿਆ ਬੋਬੀ ਨੂੰ ਵੀ ਦੇਖਿਆ ਬਾਹਰ ਅਬਰੌਡ ਵੀ ਜਦੋਂ ਗਏ ਆ ਤਾਂ ਅਕਸਰ ਦੀਪ ਨਾਲ ਹੀ ਹੁੰਦਾ ਹਨਾ ਤਾਂ ਮੈਨੂੰ ਬੜਾ ਉਹ ਮੁੱਕਰ ਹੀ ਗਿਆ ਪਰਵਾਹ ਉਹ ਮੁੱਕਰ ਹੀ ਗਿਆ ਇਸ ਇਹਨੂੰ ਤੁਸੀਂ ਹਾਦਸਾ ਸਮਝਦੇ ਹੋ ਜਾਂ ਤੁਹਾਨੂੰ ਵੀ ਲੱਗਦਾ ਹੈ ਕਿ ਕੋਈ ਜਿਵੇਂ ਦਲਜੀਤ ਕਲਸੀ ਹੋਣਾ ਨੇ ਮੇਰੇ ਇੰਟਰਵਿਊ ਚ ਕਿਹਾ ਕਿ ਮੈਨੂੰ ਲੱਗਦਾ ਸ਼ੱਕ ਹੈ ਕਿ ਇਹਦੇ ਪਿੱਛੇ ਕਾਂਸਪੀਰੇਸੀ ਹੋ ਸਕਦੀ ਸੀ ਹਾਂਜੀ ਬਿਲਕੁਲ ਹੋ ਸਕਦੀ ਹੈ ਮਤਲਬ ਅਸੀਂ ਜੀ ਨੂੰ ਕਹਿ ਦਈਏ ਕਿ ਬਿਲਕੁਲ ਕੋਈ ਨੰਗਾ ਚਿੱਟਾ ਹਾਦਸਾ ਹੀ ਹੈ ਇਹਦੇ ਤੇ ਬਾਰੇ ਤਾਂ ਸੋਚਣ ਦੀ ਲੋੜ ਨਹੀਂ ਇਹ ਗੱਲ ਨੂੰ ਮਨ ਨਹੀਂ ਮੰਨਦਾ ਨਾ ਰਾਏ ਦੀ ਭੂਮਿਕਾ ਤੇ ਕੋਈ ਸ਼ੱਕ ਤੁਨ ਉਹ ਉਹਦੇ ਬਾਰੇ ਨਹੀਂ ਮੈਂ ਕੋਈ ਗੱਲ ਕਰਨੀ ਚਾਹੁੰਦਾ ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਅਮਰਦੀਪ ਗਿੱਲ ਹੋਣਾ ਨੇ ਜਦੋਂ ਇਹ ਗੀਤ ਲਿਖਿਆ ਹੋਣਾ ਤਾਂ ਕੀ ਪਤਾ ਸੀ ਕਿ ਜ਼ਿੰਦਗੀ ਦੇ ਇੱਕ ਮੋੜ ਤੇ ਆ ਕੇ ਉਹ ਆਪ ਤੇ ਟੁੱਕ ਜਾਣਾ ਜੋਰਾ ਸਰਜਿਆ ਦੀਪ ਸਰਜਿਆ ਦੀਪ ਵੱਡਾ ਹੋਇਆ ਜੋਰਾ ਵੱਡਾ ਹੋਇਆ ਅੱਜ ਦੁਨੀਆ ਤੋਂ ਚਲਾ ਗਿਆ ਤਾਂ ਸਭ ਤੋਂ ਵੱਡਾ ਘਾਟਾ ਜੇ ਪਿਆ ਅਮਰਦੀਪ ਗਿੱਲ ਹੋਣਾ ਨੂੰ ਪਿਆ ਹਾਲਾਂਕਿ ਅਸੀਂ ਸਭ ਉਦਾਸ ਆ ਅੱਖਾਂ 'ਚ ਹੰਝੂ ਆ ਜਾਂਦੇ ਐ ਦੀਪ ਨੂੰ ਪੂਰੀ ਕੌਮ ਯਾਦ ਕਰਦੀ ਐ ਪਰ ਸਭ ਤੋਂ ਵੱਧ ਸਮਾਂ ਗੁਜ਼ਾਰਨ ਵਾਲੇ ਉਸ ਸ਼ਖਸ ਦੇ ਨਾਲ ਚੰਗੀਆਂ ਗੱਲਾਂ ਅੱਜ ਜ਼ਿੰਦਗੀ ਦੇ ਉਸ ਮੋੜ ਦੀਆਂ ਕਰਾਂਗੇ ਕਦੋਂ ਮਿਲੇ ਕੀ ਹੋਇਆ ਇਹ ਸਭ ਕੁਝ ਅਸੀਂ ਜਾਣ ਚੁੱਕੇ ਆ ਪਰ ਕੁਝ ਐਸੀਆਂ ਗੱਲਾਂ ਜੋ ਅਮਰਦੀਪ ਗਿੱਲ ਨੇ ਕਦੇ ਨਹੀਂ ਦਸੀਆਂ ਅੱਜ ਸਾਡੇ ਸਟੂਡੀਓ 'ਚ ਨੇ ਬਾਈ ਜੀ ਬਹੁਤ ਸਵਾਗਤ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਤੁਹਾਡਾ ਦੀਪ ਨਾਲ ਤੁਹਾਡੀ ਸਾਂਝ ਬਾਰੇ ਦੁਆਰਾ ਪੁੱਛਣਾ ਜਾਂ ਗੱਲ ਕਰਨੀ ਤਾਂ ਬੇਵਾਨੀ ਹੋਊਗੀ ਕੁਝ ਐਸੀਆਂ ਗੱਲਾਂ ਜੋ ਕਦੇ ਸਾਂਝੀਆਂ ਨਹੀਂ ਕੀਤੀਆਂ ਹਾਂ ਜੀ ਬਹੁਤ ਐਹੋ ਜੀਆਂ ਗੱਲਾਂ ਉਹ ਅਸਲ ਦੇ ਵਿੱਚ ਜਦੋਂ ਬੰਦਾ ਹੁੰਦਾ ਉਸ ਵਕਤ ਐ ਲੱਗਦਾ ਹੁੰਦਾ ਵੀ ਇਹ ਗੱਲਾਂ ਕੋਈ ਇੰਨੇ ਅਰਥ ਨਹੀਂ ਰੱਖਦੀਆਂ ਪਰ ਜਦੋਂ ਚਲਿਆ ਜਾਂਦਾ ਖਾਸ ਕਰਕੇ ਦੀਪ ਵਰਗੀ ਸ਼ਖਸੀਅਤ ਤੋ ਬਹੁਤ ਛੋਟੀਆਂ-ਛੋਟੀਆਂ ਗੱਲਾਂ ਵੀ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਸਾਰਥਕ ਲੱਗਣ ਲੱਗਦੀਆਂ ਨੇ ਬਹੁਤ ਵਾਰੀ ਮੈਂ ਇਹ ਗੱਲ ਕਹਿਣਾ ਵੀ ਹੁਣਾ ਵੀ ਜਿਵੇਂ ਉਦਾਹਰਨ ਦੇ ਤੌਰ ਤੇ ਇੱਕ ਵਾਰ ਇੱਕ ਵਾਰ ਨਹੀਂ ਕਈ ਵਾਰੀ ਲੜੇ ਆ ਅਸੀਂ ਹੂੰ ਤੇ ਉਹ ਅੱਜ ਇਹ ਗੱਲਾਂ ਬਹੁਤ ਮਹਿਸੂਸ ਹੁੰਦੀਆਂ ਨੇ ਵੀ ਯਾਰ ਕਾਹਨੂੰ ਲੜਨਾ ਸੀ ਜਦੋਂ ਕਿ ਉਦੋਂ ਹੀ ਬੋਲ ਪੈਂਦੇ ਸੀ ਅਸੀਂ ਕੋਈ ਗੈਪ ਨਹੀਂ ਸੀ ਪਾਉਂਦੇ ਵਿੱਚ ਮਤਲਬ 5 ਮਿੰਟ ਦਾ ਹੀ ਗੈਪ ਹੁੰਦਾ ਸੀ ਸਾਡਾ ਪਰ ਮੈਨੂੰ ਇਹ ਗੱਲ ਮਹਿਸੂਸ ਹੁੰਦੀ ਆ ਬਹੁਤ ਜ਼ਿਆਦਾ ਕਿ ਯਾਰ ਨਹੀਂ ਕਰਨਾ ਚਾਹੀਦਾ ਸੀ ਐ ਪਰ ਉਹ ਬੰਦਾ ਜਿਸ ਟਾਈਮ ਪ੍ਰੋਸੈਸ ਚ ਹੁੰਦਾ ਜਿਉਂ ਰਹੇ ਹੁੰਨੇ ਆ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਕੱਲ ਨੂੰ ਕੀ ਹੋਣਾ ਇਸ ਕਰਕੇ ਬਹੁਤ ਕੁਝ ਐ ਹੋ ਜਾ ਦੀਪਤੀ ਟਰਾਂਸਫਰਮੇਸ਼ਨ ਜਿਹੜੀ ਹੋਈ ਇੱਕ ਅਦਾਕਾਰ ਜਾਂ ਆਮ ਵਿਅਕਤੀ ਤੋਂ ਪੰਥਕ ਸ਼ਖਸੀਅਤ ਵੱਲੋਂ ਜਦੋਂ ਹੁੰਦਾ ਹੈ ਤੁਸੀਂ ਬਹੁਤ ਨੇੜੇ ਉਹ ਦੇਖਿਆ ਤੁਹਾਨੂੰ ਅਬ ਆਸ ਹੋਣ ਲੱਗ ਗਿਆ ਸੀ ਵੀ ਇਹਦੇ ਵਿੱਚ ਤਬਦੀਲੀ ਆ ਰਹੀ ਹੈ ਹਾਂਜੀ ਹਾਂ ਨਹੀਂ ਅਸਲ 'ਚ ਉਸ ਤੋਂ ਪਹਿਲਾਂ ਵੀ ਮੈਨੂੰ ਪਤਾ ਸੀਗਾ ਕਿਉਂਕਿ ਇੱਕ ਗੱਲ ਉਹ ਨਾ ਵਾਰ-ਵਾਰ ਕਹਿੰਦਾ ਹੁੰਦਾ ਸੀ ਕਿ ਖਾਸ ਕਰਕੇ ਜਦੋਂ ਸਣੀ ਦੇ올 ਗੁਰਦਾਸਪੁਰ ਤੋਂ ਚੋਣ ਜਿੱਤਦੇ ਆ ਉਸ ਵਕਤ ਇਹ ਜਿਹੜੀ ਪੰਜਾਬ ਦੀ ਰਾਜਨੀਤੀ ਨਾਲ ਜੁੜਦਾ ਔਰ ਦੇਖਦਾ ਕਿ ਕੀ ਹੋ ਰਿਹਾ ਹਨਾ ਸੈਂਟਰ ਦੀ ਬੀਜੇਪੀ ਸਰਕਾਰ ਔਰ ਪੰਜਾਬ ਦੇ ਵਿੱਚ ਜਿਹੜੇ ਉਹ ਚੋਣਾ ਹੋ ਰਹੀਆਂ ਉਸ ਵੇਲੇ ਮਤਲਬ ਉਹਨਾਂ ਦਿਨਾਂ ਤੋਂ ਬਾਅਦ ਜਦੋਂ ਉਹ ਆਇਆ ਉਦੋਂ ਅਸੀਂ ਜੋਰਾ ਸੈਕੰਡ ਚੈਪਟਰ ਦਾ ਸ਼ੂਟ ਕਰ ਰਹੇ ਸੀ ਤੁਹਾਨੂੰ ਵੀ ਯਾਦ ਹੋਣਾ ਕਿ ਜਦੋਂ ਸ਼ੂਟਿੰਗ ਹੁੰਦੀ ਸੀ ਤਾਂ ਦੀਪ ਗੁਰਦਾਸਪੁਰੋਂ ਆਉਂਦਾ ਹੁੰਦਾ ਸੀਗਾ ਸ਼ੂਟ ਕਰਨ ਤਿੰਨ ਚਾਰ ਦਿਨ ਅਸੀਂ ਉਹਦੇ ਲੈਂਦੇ ਫਿਰ ਉਹ ਚੱਲ ਜਾਂਦਾ ਫਿਰ ਮੈਂ ਹੋਰ ਸ਼ੂਟ ਕਰਦਾ ਤੇ ਜਦੋਂ ਖਤਮ ਹੋਈਆਂ ਚੋਣਾ ਤੇ ਸ਼ੂਟਿੰਗ ਵੀ ਖਤਮ ਹੋਈ ਤੋਂ ਨੇ ਜਿਹੜੀ ਸਭ ਤੋਂ ਪਹਿਲਾਂ ਗੱਲ ਕੀਤੀ ਮੇਰੇ ਨਾਲ ਉਹ ਇਹੀ ਸੀ ਕਿ ਸਾਰੇ ਤਾਂ ਬੜੇ ਖਤਰਨਾਕ ਬੰਦੇ ਨੇ ਹੂੰ ਇਹ ਤਾਂ ਪੰਜਾਬ ਤੋਂ ਦੂਰ ਰਹਿਣੇ ਚਾਹੀਦੇ ਨੇ ਤੇ ਅਕਸਰ ਜਿਹੜੀ ਉਹ ਗੱਲ ਕਰਦਾ ਹੁੰਦਾ ਉਹ ਨੇ ਕਿਹਾ ਸਰ ਆਪਾਂ ਨੂੰ ਕੁਝ ਕਰਨਾ ਚਾਹੀਦਾ ਪੰਜਾਬ ਦਾ ਤਾਂ ਬਹੁਤ ਬੁਰਾ ਹਾਲ ਆ ਹੂੰ ਇਹ ਗੱਲ ਸੀ ਜਿਹੜੀ ਇਹ ਮੈਨੂੰ ਪਤਾ ਸੀ ਮਤਲਬ ਕਰਦੇ ਤਾਂ ਬਹੁਤ ਸਾਰੇ ਲੋਕ ਨੇ ਆਪਾਂ ਚਾਹ ਤੇ ਕੱਪ ਤੇ ਜਿੱਥੇ ਵੀ ਇਕੱਠੇ ਹੁੰਦੇ ਉੱਥੇ ਰਾਜਨੀਤੀ ਹੀ ਡਿਸਕਸ ਹੁੰਦੀ ਹੈ ਬਿਲਕੁਲ ਪਰ ਦੀਪ ਦਾ ਮੈਨੂੰ ਪਤਾ ਸੀ ਕਿ ਜੇ ਇਹ ਗੱਲ ਕਰਦਾ ਕਿ ਕੁਝ ਕਰਨਾ ਚਾਹੀਦਾ ਤਾਂ ਇਹ ਇਹ ਕਰੂਗਾ ਔਰ ਮੈਂ ਚਾਹੁੰਦਾ ਵੀ ਸੀ ਕਿ ਇਹ ਕਰੇ ਕਿਉਂਕਿ ਅਸੀਂ ਜਿਸ ਪਛੋਕੜ ਚੋਂ ਆਉਨੇ ਆ ਹਨਾ ਅਸੀਂ ਸਿਰਫ ਗੱਲਾਂ ਕਰਨ ਵਾਲੇ ਲੋਕ ਨਹੀਂਗੇ ਅਸੀਂ ਇਹ ਹੈ ਕਿ ਕੁਝ ਜਿਹੜਾ ਹੈਗਾ ਉਹ ਸਮਾਜ ਦੇ ਵਿੱਚ ਕੰਮ ਕਰਨਾ ਚਾਹੀਦਾ ਉਸ ਵਕਤ ਬੇਸ਼ੱਕ ਫਿਲਮਾਂ ਦੇ ਵਿੱਚ ਅਸੀਂ ਰੁੱਝੇ ਹੋਏ ਸੀ ਪਰ ਜਦੋਂ ਦੀਪ ਇਹ ਗੱਲ ਕਰਦਾ ਸੀ ਕਿ ਆਪਾਂ ਨੂੰ ਕੁਝ ਕਰਨਾ ਚਾਹੀਦਾ ਹਾਂ ਤਾਂ ਇਸ ਗੱਲ ਤੇ ਸਾਡੀ ਇੱਕ رائے ਹੀ ਹੁੰਦੀ ਸੀ ਕਿ ਹਾਂ ਕਰਨਾ ਚਾਹੀਦਾ ਕੁਝ ਨਾ ਕੁਝ ਇੱਕ ਵਾਰੀ ਕੀ ਹੋਇਆ ਕਿ ਮੇਰੇ ਯਾਦ ਆ ਉਹ ਗੱਲ ਮੈਂ ਕਈ ਥਾਂ ਤੇ ਹੁਣ ਬੋਲੀ ਵੀ ਆ ਜਦੋਂ ਉਹਦੇ ਭੋਗ ਤੇ ਜਾਂਦੇ ਆ ਮੈਨੂੰ ਕਹਿੰਦਾ ਇੱਕ ਦਿਨ ਕਹਿੰਦਾ ਸਰ ਅੱਜ ਕੱਲ ਲੀਜੈਂਡ ਕਿਉਂ ਨਹੀਂ ਪੈਦਾ ਹੁੰਦੇ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਉਦਮ ਸਿੰਘ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਵੀ ਨਾਂ ਲਿਆ ਉਹਨੇ ਕਿ ਇਸ ਕਿਸਮ ਦੀਆਂ ਸ਼ਖਸੀਅਤਾਂ ਅੱਜ ਕੱਲ ਕਿਉਂ ਨਹੀਂ ਪੈਦਾ ਹੁੰਦੀਆਂ ਤੇ ਉਹਦੇ ਬਾਰੇ ਅਸੀਂ ਵਿਚਾਰ ਵਟਾਂਦਰਾ ਕਰਦੇ ਰਹੇ ਆਪ ਦਾ ਉਹ ਜਿਸ ਤਰੀਕੇ ਨਾਲ ਗੱਲ ਸੁਣ ਰਿਹਾ ਸੀਗਾ ਮੇਰੀ ਹਨਾ ਕੁਝ ਉਹਨੂੰ ਗੱਲਾਂ ਠੀਕ ਲੱਗ ਰਹੀਆਂ ਹੋਣਗੀਆਂ ਕੁਝ ਗੱਲਾਂ ਉਹ ਆਪ ਦੀਆਂ ਕਰ ਰਿਹਾ ਸੀ ਮੈਨੂੰ ਬਾਅਦ ਦੇ ਵਿੱਚ ਇਹ ਗੱਲ ਲੱਗਦੀ ਹੁੰਦੀ ਹੈ ਵੀ ਅਸਲ 'ਚ ਉਸ ਦਿਨ ਉਹ ਜਵੇਂ ਉਹਨੇ ਮੈਨੂੰ ਬੋਲ ਕੇ ਨਹੀਂ ਕਹੀ ਪਰ ਜਿਵੇਂ ਉਹਨਾ ਉਹਨੇ ਉਦਾਂ ਕਿਹਾ ਹੋਵੇ ਕਿ ਸਰ ਮੈਂ ਤੁਹਾਨੂੰ ਦੱਸੂਗਾ ਲੈਜੈਂਡ ਕਿਵੇਂ ਲੈਜੈਂਡ ਕਿਵੇਂ ਪੈਦਾ ਹੁੰਦੇ ਨੇ ਕਿਵੇਂ ਯੋਧੇ ਪੈਦਾ ਹੁੰਦੇ ਨੇ ਮੈਂ ਤੁਹਾਨੂੰ ਕਰਕੇ ਦਿਖਾਉਂਗਾ ਇਹ ਗੱਲ ਉਹਨੇ ਮੂੰਹੋਂ ਨਹੀਂ ਕਹੀ ਪਰ ਉਹਦੇ ਜਾਣ ਤੋਂ ਬਾਅਦ ਇਹ ਗੱਲ ਮੈਨੂੰ ਮਹਿਸੂਸ ਹੁੰਦੀ ਹੈ ਬਹੁਤ ਸਾਰੇ ਲੋਕ ਕਹਿੰਦੇ ਭਰਾ ਚਲਾ ਗਿਆ ਕੌਮੀ ਉਹਦਾ ਚਲਾ ਗਿਆ ਅਮਰਦੀਪ ਗਿੱਲ ਦਾ ਕੀ ਚਲਾ ਗਿਆ ਅਮਰਦੀਪ ਗਿੱਲ ਦਾ ਸਾਰਾ ਕੁਝ ਹੀ ਚਲਾ ਗਿਆ ਅਮਰਦੀਪ ਗਿੱਲ ਨੇ ਆਪ ਦਾ ਜਿਉਂ ਦੇ ਜਿ ਮੇਰੀ ਮੇਰੇ ਹੱਥਾਂ ਦੇ ਵਿੱਚ ਮੇਰੇ ਪਿਤਾ ਜੀ ਗਏ ਕਾਮਰੇਡ ਸੁਰਜੀਤ ਗਿੱਲ ਬਹੁਤ ਵੱਡੀ ਸ਼ਖਸੀਅਤ ਸੀ ਉਹ ਵੀ ਮੇਰੇ ਮਾਤਾ ਜੀ ਗਏ ਮੈਨੂੰ ਪਾਲਣ ਵਾਲੀ ਮਾਂ ਗਈ ਮੈਂ ਬਹੁਤ ਉਦਾਸ ਦਿਨ ਦੇਖੇ ਪਰ ਮੈਨੂੰ ਇੱਕ ਗੱਲ ਮੈਂ ਅਕਸਰ ਕਹਿੰਦਾ ਹੁੰਦਾ ਸੀ ਆਮ ਲੋਕਾਂ ਨੂੰ ਇਹ ਬਹੁਤ ਗੱਲ ਕਹਿੰਦਾ ਸੀ ਜਿਹੜੇ ਕੋਈ ਕਹਿੰਦੇ ਨਾ ਕਿ ਬੜੇ ਦੁਖੀ ਆ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਸੀ ਤੁਹਾਡੀ ਮਾਂ ਜਿਉਂਦੀ ਆ ਉਹ ਕਹਿੰਦੇ ਹਾਂ ਜੀ ਆਉਂਦੀ ਆ ਮੈਂ ਤਗੜੀ ਆ ਨਾ ਕਹਿੰਦੇ ਹਾਂ ਬਾਈ ਉਹ ਮਨ ਨੂੰ ਕਹਿੰਦਾ ਫਿਰ ਤੁਸੀਂ ਨਹੀਂ ਓਕੇ ਤੁਸੀਂ ਖੁਸ਼ ਰਹਾ ਕਰੋ ਕਿਉਂਕਿ ਜਿਸ ਦਿਨ ਮਾਂ ਚਲੀ ਜਾਂਦੀ ਆ ਉਸ ਦਿਨ ਤੋਂ ਬਾਅਦ ਜਿਹੜੀ ਦੁਨੀਆ ਉਹ ਜਿਹੋ ਜੀ ਹੁੰਦੀ ਆ ਉਹ ਤੁਹਾਨੂੰ ਨਹੀਂ ਪਤਾ ਉਦੋਂ ਮੈਨੂੰ ਵੀ ਐਂ ਲੱਗਦਾ ਹੁੰਦਾ ਸੀ ਕਿ ਮੈਂ ਜ਼ਿੰਦਗੀ ਦੇ ਜਿਹੜੇ ਸਭ ਤੋਂ ਵੱਡੇ ਦੁੱਖ ਨੇ ਉਹ ਭੋਗ ਲਏ ਨੇ ਹੁਣ ਤਾਂ ਮੈਂ ਹੀ ਕਿਸੇ ਨੂੰ ਦੁੱਖ ਦੇ ਕੇ ਜਾਊਂਗਾ ਸ਼ਾਇਦ ਮੈਨੂੰ ਨਹੀਂ ਕੋਈ ਦੁੱਖ ਦੇ ਸਕਦਾ ਹਨਾ ਪਰ ਮੈਨੂੰ ਨਹੀਂ ਸੀ ਪਤਾ ਇਹ ਗੱਲ ਕਿ ਜਿਸ ਦਿਨ ਦੀਪ ਜਾਊਗਾ ਉਹ ਸਭ ਤੋਂ ਵੱਡਾ ਦੁੱਖ ਹੋਊਗਾ ਮੇਰੇ ਲਈ ਮੇਰੇ ਤੋਂ ਬੇਸ਼ੱਕ ਉਹ ਛੋਟਾ ਸੀ ਪਰ ਉਹਦਾ ਸਹਾਰਾ ਬਹੁਤ ਸੀ ਹੂੰ ਮੈਂ ਇਹ ਗੱਲ YouTube ਤੇ ਇੱਕ ਵੀਡੀਓ ਆ ਜਿਸ ਦਿਨ ਜੋਰਾ 10 ਨੰਬਰੀਆ ਦਾ ਟੀਜ਼ਰ ਰਿਲੀਜ਼ ਕੀਤਾ ਸੀ ਸਨੀ ਸੁਪਰ ਸਾਊਂਡ ਦੇ ਵਿੱਚ ਬੰਬੇ ਮੇਰੇ ਨਾਲ ਤਰਮਿੰਦਰ ਬੈਠੇ ਨੇ ਦੀਪ ਬੈਠਾ ਆਸ਼ੀਸ਼ ਦੁੱਗਲ ਕੋਲ ਸਿੱਧੂ ਅਸੀਂ ਬੈਠੇ ਆ ਤੇ ਉਸ ਦਿਨ ਵੀ ਮੈਂ ਇਹ ਗੱਲ ਬੋਲੀ ਸੀ ਕਿ ਮੇਰੀ ਸਾਰੀ ਜ਼ਿੰਦਗੀ ਆ ਜਿਹੜੀ ਉਹ ਇਹੋ ਜੀ ਰਹੀ ਹੈ ਕਿ ਮੈਂ ਲੋਕਾਂ ਲਈ ਖੜਦਾ ਰਿਹਾ ਮੇਰੇ ਛੋਟੇ ਵੀ ਮੇਰੇ ਬਰਾਬਰ ਦੇ ਵੀ ਉਹ ਕੋਈ ਵੀ ਪੰਗਾ ਲੈ ਕੇ ਮੇਰੇ ਕੋਲੇ ਆ ਜਾਂਦੇ ਸੀ ਵੀ ਅਮਰਦੀਪ ਹੈਗਾ ਹੂੰ ਮੇਰੇ ਕੋਲੇ ਕੋਈ ਇਹੋ ਜਿਹੀ ਸ਼ਖਸੀਅਤ ਨਹੀਂ ਸੀ ਜਿਹਦੇ ਕੋਲ ਮੈਂ ਕੋਈ ਪੰਗਾ ਲੈ ਕੇ ਜਾਵੜਾਂ ਕਿ ਬਾਈ ਯਾਰ ਸਾਥ ਦਿਓ ਮੇਰਾ ਕੋਈ ਸਾਥ ਦੇਣ ਵਾਲਾ ਨਹੀਂ ਸੀ ਇਵਨ ਕਿ ਮੇਰੇ ਪਿਤਾ ਜੀ ਵੀ ਹੋਰ ਤਰ੍ਹਾਂ ਦੇ ਬੰਦੇ ਸੀ ਉਹ ਬਹੁਤ ਔਸੂਲਾਂ ਦੇ ਪੱਕੇ ਬਹੁਤ ਇਮਾਨਦਾਰ ਕਾਮਰੇਡ ਸੀ ਪੁਰਾਣੇ ਸਮਿਆਂ ਦੇ ਹਨ ਉਹ ਵੀ ਇਹਨਾਂ ਗੱਲਾਂ ਦੇ ਵਿੱਚ ਇਹੋ ਜੀਆਂ ਕਈ ਗੱਲਾਂ ਹੁੰਦੀਆਂ ਸੀ ਮੁੰਡਿਆਂ-ਕੁੰਡਿਆਂ ਦੀਆਂ ਜਿੰਨਾਂ ਚੋਂ ਮੇਰਾ ਸਾਥ ਨਹੀਂ ਦੇ ਪਾਏ ਹਨ ਬੇਸ਼ੱਕ ਮੈਂ ਗਲਤ ਹੁੰਦਾ ਜਾਂ ਠੀਕ ਹੁੰਦਾ ਪਰ ਜਦੋਂ ਮੈਨੂੰ ਦੀਪ ਮਿਲਦਾ ਉਹ ਦੀਪ ਇੱਕ ਪਹਿਲਾ ਬੰਦਾ ਮੈਨੂੰ ਐ ਮਿਲਦਾ ਜਿਹੜਾ ਮੈਨੂੰ ਐ ਹੁੰਦਾ ਵੀ ਸਰ ਜਿਵੇਂ ਪੰਜਾਬੀ ਚ ਆਪਾਂ ਕਹਿੰਦੇ ਹੁੰਨੇ ਆ ਵੀ ਚੱਕ ਦੇ ਫੱਟੇ ਮੈਂ ਹੈਗਾ ਉਹ ਪਹਿਲਾ ਬੰਦਾ ਸੀ ਇਸ ਕਰਕੇ ਜਦੋਂ ਉਹ ਸੀਗਾ ਉਹ ਮੇਰੇ ਤੋਂ ਛੋਟਾ ਵੀ ਸੀ ਹਨ ਉਹ ਕਈ ਵਾਰੀ ਸੀ ਲੜ ਪੈਂਦੇ ਤੇ ਮੈਨੂੰ ਮਨਾਉਣ ਵੇਲੇ ਗੱਲ ਕਹਿੰਦਾ ਹੁੰਦਾ ਕਿ ਸਰ ਤੁਸੀਂ ਗੁੱਸਾ ਨਾ ਕਰਿਆ ਕਰੋ ਮੈਨੂੰ ਤੁਹਾਨੂੰ ਪਤਾ ਨਹੀਂ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਮੈਂ ਤੁਹਾਨੂੰ ਡੈਡ ਦੀ ਜਗ੍ਹਾ ਰੱਖਦਾ ਹਣਾ ਆਪਣੇ ਪਿਤਾ ਜੀ ਨੂੰ ਉਹ ਯਾਦ ਕਰਦਾ ਜਦੋਂ ਤੇ ਸਾਢੇ ਦੋ ਚਾਰ ਮਿੰਟ ਦੀ ਮਤਲਬ ਗੁੱਸਾ ਗਿਲਾ ਹੁੰਦਾ ਸੀਗਾ ਸਾਨੂੰ ਇਹ ਗੱਲ ਦਾ ਪਤਾ ਲੱਗ ਗਿਆ ਸੀ ਕਿ ਜਿੰਨਾ ਮਰਜ਼ੀ ਲੜ ਲਈਏ ਅਸੀਂ ਇੱਕ ਦੂਜੇ ਬਿਨਾਂ ਸਾਰ ਨਹੀਂ ਸਕਦੇ ਰਹਿਣਾ ਸਾਨੂੰ ਇਕੱਠੇ ਹੀ ਆ ਕੰਮ ਵੀ ਇਕੱਠੇ ਹੀ ਕਰਨਾ ਹਣਾ ਦੀਪ ਵੀ ਆਈਂ ਕਹਿੰਦਾ ਹੁੰਦਾ ਸੀ ਕਿ ਇਹ ਇਹ ਜਦੋਂ ਟਰਾਂਸਫਰਮੇਸ਼ਨ ਆ ਗਈ ਦੀਪ ਜੀ ਜਦੋਂ ਉਹਦੇ ਵਿੱਚ ਤਬਦੀਲੀ ਆਈ ਹੈ ਉਸ ਤੋਂ ਬਾਅਦ ਕਦੇ ਫਿਲਮਾਂ ਨੂੰ ਲੈ ਕੇ ਡਿਸਕਸ ਹੋਇਆ ਕਿ ਉਹ ਕੁਝ ਪੰਥਕ ਤੌਰ ਤੇ ਕਰਨਾ ਚਾਹ ਰਿਹਾ ਸੀ ਜੋ ਪੰਜਾਬੀਅਤ ਕੋਈ ਐਸਾ ਕਿਰਦਾਰ ਜੀ ਜੀ ਚਾਹੁੰਦਾ ਸੀ ਉਹ ਉਹੀ ਗੱਲ ਮੈਂ ਕਹਿੰਦਾ ਜਿਸ ਇਸ ਕਰਕੇ ਜਿਸ ਵਕਤ ਉਹ ਜਾਣਦਾ ਨਾ ਉਹ ਮੈਂ ਇਹ ਗੱਲ ਪਹਿਲਾਂ ਵੀ ਬੋਲੀ ਉਹ ਮੈਨੂੰ ਐ ਨਹੀਂ ਲੱਗਿਆ ਕਿ ਕੋਈ ਮੇਰੇ ਤੋਂ ਛੋਟਾ ਚਲਾ ਗਿਆ ਮੈਨੂੰ ਇਦਾਂ ਲੱਗਿਆ ਮੇਰੇ ਤੋਂ ਕੋਈ ਵੱਡਾ ਚਲਾ ਗਿਆ ਮੈਂ ਦੁਬਾਰਾ ਯਤੀਮ ਹੋ ਗਿਆ ਮਤਲਬ ਜਿਸ ਵਕਤੇ ਖਬਰ ਮੈਨੂੰ ਮਿਲਦੀ ਹੈ ਤੇ ਮੈਨੂੰ ਇਦਾਂ ਲੱਗਿਆ ਕਿ ਖਤਮ ਹੋ ਗਿਆ ਸਾਰਾ ਕੁਝ ਕਿੱਥੇ ਸੀਗੇ ਤੁਸੀਂ ਮੈਂ ਮੋਹੱਲੀ ਸੀ ਮੈਨੂੰ ਪਹਿਲਾਂ ਫੋਨ ਆਉਂਦਾ ਦਿੱਲੀੋਂ ਹਰ ਆਪਣਾ ਹਰ ਪ੍ਰੀਤ ਆ ਇੱਕ ਦਿੱਲੀ ਆਪਣਾ ਮਿੱਤਰ ਉਹਦਾ ਫੋਨ ਉਹਨੇ ਮੈਨੂੰ ਦੱਸਿਆ ਕਿ ਐਕਸੀਡੈਂਟ ਹੋ ਗਿਆ ਹੋ ਗਿਆ ਤੇ ਮੈਂ ਤਾਂ ਐਕਸੀਡੈਂਟ ਸੁਣ ਕੇ ਹੀ ਹਿੱਲ ਗਿਆ ਜੇ ਰਾਤ ਦਾ ਟਾਈਮ ਆ ਦਿੱਲੀ ਐਕਸੀਡੈਂਟ ਹੋਇਆ ਤਾਂ ਮਤਲਬ ਬਹੁਤ ਖਤਰਨਾਕ ਹੀ ਹੋਊਗਾ ਉਹਦੇ ਫੋਨ ਦੇ ਵਿੱਚ ਵਿੱਚ ਹੀ ਰਮਨ ਦਾ ਫੋਨ ਆ ਗਿਆ ਆਪਣੀ ਕੁੜੀ ਦਾ ਰਮਨ ਤੂਰ ਉਹਨੇ ਮੈਨੂੰ ਜਦੋਂ ਪੁੱਛਿਆ ਤਾਂ ਉਹਦੇ ਨਾਲ ਤਾਂ ਮੇਰੇ ਤੋਂ ਫਿਰ ਗੱਲ ਨਹੀਂ ਹੋਈ ਹੂੰ ਕਿ ਮੇਰੇ ਤੋਂ ਗੱਲ ਨਹੀਂ ਹੋਣੀ ਹਨਾ ਇਸ ਕਰਕੇ ਜਿਹੜਾ ਮਾਹੌਲ ਸਿਰਜਿਆ ਗਿਆ ਤਾਂ ਉਹ ਇਹੋ ਜਿਹਾ ਹੀ ਸੀ ਜਿਵੇਂ ਤੁਸੀਂ ਪੁੱਛਿਆ ਪਹਿਲਾਂ ਕਿ ਕੀ ਲੱਗਿਆ ਤਾਂ ਮੈਨੂੰ ਇਦਾਂ ਹੀ ਲੱਗਿਆ ਕਿ ਮੈਂ ਔਰ ਸਾਡੇ ਮਤਲਬ ਸਿਮਰ ਨਾਲ ਗੱਲ ਹੋਈ ਸਿਮਰ ਨੇ ਵੀ ਐਂ ਕਿਹਾ ਕਿ ਭਾਈ ਆਪਾਂ ਕੀ ਕਰਾਂਗੇ ਹੁਣ ਮੈਂ ਕੁੱਲ ਅ ਮੇਰੇ ਕੋਲ ਹੀ ਸੀਗੀ ਸਾਨੂੰ ਸਾਰਿਆਂ ਨੂੰ ਇਦਾਂ ਲੱਗਿਆ ਕਿ ਜਿਵੇਂ ਅਸੀਂ ਯਤੀਮ ਹੋ ਗਏ ਹੁੰਦੇ ਆ ਕਿ ਹੁਣ ਅਸੀਂ ਕੀ ਕਰਾਂਗੇ ਦੂਸਰੀ ਜਿਹੜੀ ਤੁਹਾਡੀ ਗੱਲ ਆ ਜਿਹੜਾ ਬਦਲਾ ਆਉਂਦਾ ਜਿਸ ਵਕਤ ਉਹਦੇ ਚ ਪੰਥਕ ਗੱਲ ਕਰਦੇ ਆ ਤੁਹਾਡੇ ਇੱਕ ਤੁਸੀਂ ਪੋਸਟ ਦੇਖੀ ਹੋਣੀ ਆ ਬਾਅਦ ਦੇ ਵਿੱਚ ਮੈਨੂੰ ਨਹੀਂ ਪਤਾ ਕਿਨੇ ਡਿਲੀਟ ਕਰਤੀ ਦੀਪ ਦੇ ਪੇਜ ਤੇ ਇੱਕ ਪੋਸਟ ਸੀਗੀ ਕੀ ਕੰਮ ਕਰ ਰਹੇ ਆ ਪਹਿਲਾਂ ਜੋਰਾ ਰੀਲੋਡਡ ਕਰਨੀ ਆ ਫਿਰ ਇੱਕ ਮਿਰਜਾ ਸਾਹਿਬਾ ਕਰਨੀ ਆ ਫਿਰ ਇੱਕ ਫਿਲਮ ਕਰਨੀ ਆ 25000 ਪਲੱਸ 1 ਜਿਹੜੀ ਖਾਲੜਾ ਸਾਹਿਬ ਤੇ ਜੈ ਬਿਲਕੁਲ ਅਸੀਂ ਉਹ ਵੀ ਕਰ ਰਹੇ ਸੀਗੇ ਅਸੀਂ ਗੁਰਜੰਤ ਸਿੰਘ ਬੁੱਧ ਸਿੰਘ ਵਾਲਾ ਤੇ ਵੀ ਕਰ ਰਹੇ ਸੀ ਅਸੀਂ ਸਿਰਕਲ ਬਹੁਤ ਕਰੀਬੀ ਰਿਸ਼ਤਾ ਵੀ ਰਿਹਾ ਉਹਦੇ ਉਹਦਾ ਦੀਪ ਅਕਸਰ ਗੁਰਜੰਤ ਸਿੰਘ ਬੁੱਧ ਸਿੰਘ ਵਾਲਾ ਦੀਆਂ ਗੱਲਾਂ ਬਹੁਤ ਕਰਦਾ ਸੀ ਜੀ ਜੀ ਕਿਉਂਕਿ ਦੀਪ ਦੇ ਚਾਚਾ ਜੀ ਵਿਦੀ ਸਿੰਘ ਜਿਹੜੇ ਉਹ ਗੁਰਜੰਟ ਬਾਈ ਦੇ ਬਹੁਤ ਨਜ਼ਦੀਕੀ ਰਹੇ ਨੇ ਤੇ ਬਾਅਦ ਦੇ ਵਿੱਚ ਗੁਰਜੰਟ ਬਾਈ ਦਾ ਭਤੀਜਾ ਭੁਪਿੰਦਰ ਸਿੰਘ ਬੁੱਧ ਸਿੰਘ ਵਾਲਾ ਦੇ ਨਾਮ ਤੇ ਦੀਪ ਉਹਨਾਂ ਦੇ ਘਰ ਵੀ ਜਾ ਕੇ ਆਇਆ ਸ਼ਾਇਦ ਉਹਦੀਆਂ ਤਸਵੀਰਾਂ ਵੀ ਤੁਸੀਂ ਵੀ ਗਏ ਅਸੀਂ ਸਾਰੇ ਹੀ ਜਾਣਦੇ ਸੀ ਕਿ ਅਸੀਂ ਉਸ ਪਰਿਵਾਰ ਦੇ ਨਾਲ ਬਹੁਤ ਜੁੜੇ ਹਾਂ ਮਤਲਬ ਸਾਡਾ ਹੀ ਪਰਿਵਾਰ ਆ ਉਹ ਵੀ ਜਦੋਂ ਗੁਰਜੰਟ ਬਾਈ ਦੀ ਦੇ ਮਾਤਾ ਜੀ ਬਿਮਾਰ ਸੀ ਤਾਂ ਉਹ ਬਠਿੰਡੇ ਹੀ ਦਾਖਲ ਸੀਗੇ ਜੀ ਉਸ ਵਕਤ ਵੀ ਜੋ ਅਸੀਂ ਕਰ ਸਕਦੇ ਸੀ ਮੈਂ ਦੀਪ ਨੂੰ ਫੋਨ ਕੀਤਾ ਤੇ ਮੈਂ ਉੱਥੇ ਸੀਗਾ ਹਸਪੀਟਲ 'ਚ ਮੈਂ ਹਾਜ਼ਰ ਰਿਹਾ ਤੇ ਮਾਤਾ ਜੀ ਇੱਕ ਵਾਰੀ ਠੀਕ ਹੋ ਕੇ ਪਿੰਡ ਚਲੇ ਗਏ ਪਰ ਕੁਝ ਸਮੇਂ ਬਾਅਦ ਫਿਰ ਉਹ ਸਾਨੂੰ ਸਰੀਰਕ ਵਿਛੋੜਾ ਦੇ ਗਏ ਸੀ ਭੁਪਿੰਦਰ ਕੈਨੇਡਾ ਚ ਹੀ ਸੀਗਾ ਉਹ ਪਰਿਵਾਰ ਵੀ ਅਸੀਂ ਸਾਰੀਆਂ ਗੱਲਾਂ ਬਹੁਤ ਕੁਝ ਕਰਨਾ ਸੀਗਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੈਬ ਸੀਰੀਜ਼ ਆ ਸ਼ਹੀਦ ਪਰਵਾਰਾਂ ਦੀ ਹਾਂ ਉਹਨਾਂ ਬਾਰੇ ਵੀ ਦਲਜੀਤ ਕਲਸੀ ਬਾਈ ਤੇ ਦੀਪ ਦੋਨਾਂ ਨੂੰ ਮੈਂ ਇਕੱਠੇ ਕਰਨਾ ਸੀਗਾ ਇੱਕ ਵੈਬ ਸੀਰੀਜ਼ ਦੇ ਵਿੱਚ ਇਸ ਕਰਕੇ ਬਹੁਤ ਕੁਝ ਉਹ ਮਤਲਬ ਜਿਵੇਂ ਕਹਿੰਦੇ ਹੁੰਦੇ ਹਨਾ ਫਾਂਸੀ ਦੇਣ ਵਾਲੇ ਫੱਟਾ ਪੈਰਾਹੇਟੋਂ ਖਿੱਚਿਆ ਜਾਂਦਾ ਤੇ ਬੰਦਾ ਲੰਮਕ ਜਾਂਦਾ ਮਰ ਜਾਂਦਾ ਮੇਰੇ ਤੇ ਮੇਰੇ ਵਰਗੇ ਜਿਹੜੇ ਬਹੁਤ ਨਿਰਪਰ ਵੀ ਸੀਗੇ ਅਸੀਂ ਦੀਪ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਅੱਜ ਮੈਂ ਇਹ ਕਹਾਂ ਕਿ ਨਹੀਂ ਨਹੀਂ ਜੀ ਦੀਪ ਮੇਰੇ ਤੇ ਨਿਰਪਰ ਸੀ ਜਾਂ ਐ ਸੀ ਸਾਰਿਆਂ ਨੂੰ ਪਤਾ ਹੀ ਆ ਹਨਾ ਬਹੁਤ ਗੱਲਾਂ ਇਹੋ ਜੀਆਂ ਸੀ ਕਿਆਂ ਜਿਹੜੀਆਂ ਉਹ ਮੇਰੇ ਤੇ ਨਿਰਪਰ ਸੀਗਾ ਬਹੁਤ ਸਾਰੀਆਂ ਇਹੋ ਜੀਆਂ ਗੱਲਾਂ ਸੀ ਜ਼ਿਆਦਾ ਉਹ ਗੱਲਾਂ ਸੀ ਜਿਨ੍ਹਾਂ ਤੇ ਮੈਂ ਉਹਦੇ ਤੇ ਨਿਰਪਰ ਸੀਗਾ ਤੇ ਉਹ ਮੇਰੇ ਪੈਰਾ ਹੇਠੋ ਮਤਲਬ ਸਾਡੇ ਉਹ ਫੱਟਾ ਖਿੱਚਿਆ ਗਿਆ ਜਿਵੇਂ ਫਾਂਸੀ ਦੇਣ ਵੇਲੇ ਕੈਦੀ ਦੇ ਪੈਰਾ ਹੇਠੋ ਫੱਟਾ ਖਿੱਚਿਆ ਜਾਂਦਾ ਧਰਮਿੰਦਰ ਹੁਣਾ ਨਾਲ ਤੁਸੀਂ ਜਿਵੇਂ ਦੱਸਿਆ ਬੜੀ ਨਜ਼ਦੀਕੀ ਅਸੀਂ ਸਾਰੇ ਜਾਣਦੇ ਹਾਂ ਇਸ ਗੱਲ ਦਾ ਅਫਸੋਸ ਹੋਇਆ ਕਿ ਉਸ ਪਰਿਵਾਰ ਨੇ ਦੀਪ ਦੇ ਜਾਣ ਤੋਂ ਬਾਅਦ ਕਦੇ ਉਸ ਤਰ੍ਹਾਂ ਦੀ ਭਾਵਨਾ ਹੀ ਨਹੀਂ ਪ੍ਰਗਟ ਕੀਤੀ ਘਟੋ ਘਟ ਪਬਲਿਕਲੀ ਇੱਕ ਪੋਸਟ ਪੈ ਸਕਦੀ ਸੀ ਜਾਂ ਉਹ ਪਰਿਵਾਰ ਜਿਹੜਾ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਜੀ ਮੈਨੂੰ ਬਹੁਤ ਦੁੱਖ ਹੋਇਆ ਇਸ ਗੱਲ ਦਾ ਇਹ ਗੱਲ ਦਾ ਦੁੱਖ ਮੈਨੂੰ ਦੀਪ ਦੇ ਜਾਣ ਤੋਂ ਬਾਅਦ ਹੀ ਨਹੀਂ ਹੋਇਆ ਪਹਿਲਾਂ ਵੀ ਹੋਇਆ ਹੂੰ ਜਿਸ ਵਕਤ ਦੀਪ ਇੱਥੇ ਬੈਠਾ ਸੀ ਤੇ ਇੱਕ ਨਾ ਜਦੋਂ ਬੈਠਾ ਜਿਸ ਦੇ ਨਾਂ ਕਿ ਉਹਨੂੰ ਫਾਸਟ ਡੇ ਤੇ ਇੱਕ ਕੋ ਛੋਟਾ ਜਿਹਾ ਚੈਨਲ ਆ ਬਠਿੰਡੇ ਤੋਂ ਚੱਲਦਾ ਤੇ ਉਹਨੇ ਪੋਸਟ ਪਾਈ ਕਿ ਸਨੀ ਦੇਵਾਲ ਦਾ ਬਾਡੀਗਾਰਡ ਬੈਠਾ ਕਿਸਾਨ ਅੰਦੋਲਨ ਦੇ ਵਿੱਚ ਹੂੰ ਮੈਂ ਉਹਨੂੰ ਫੋਨ ਕੀਤਾ ਉਹ ਬੰਦਾ ਮੈਨੂੰ ਜਾਣਦਾ ਵੀ ਆ ਮੈਂ ਉਹਨੂੰ ਕਿਹਾ ਮਾ ਯਾਰ ਇਹ ਕੀ ਗੱਲ ਆ ਇਹ ਮਤਲਬ ਤੁਹਾਨੂੰ ਪਤਾ ਚੰਗਾ ਭਲਾ ਨਾਲੇ ਵੀ ਦੀਪ ਕੌਣ ਆ ਤੁਸੀਂ ਇਹ ਗੱਲ ਕਿਉਂ ਉਹ ਨਹੀਂ ਨਹੀਂ ਬਾਈ ਜੀ ਉਹ ਗਲਤੀ ਹੋ ਗਈ ਜੀ ਉਹ ਮੁੰਡੇ ਨੇ ਕਿਸੇ ਨੇ ਪਾਤੀ ਹੋਣੀ ਆ ਪੋਸਟ ਹਨਾ ਉਹਨੇ ਚਲੋ ਡਿਲੀਟ ਕਰਾਈ। ਉਸ ਤੋਂ ਬਾਅਦ ਜਦੋਂ 2 ਮਹੀਨੇ ਹੋ ਗਏ ਹਨਾ ਤਾਂ 1.5-2 ਮਹੀਨਿਆਂ ਦੇ ਵਿੱਚ ਇੱਕ ਦਿਨ ਮੈਂ ਬੰਬੇ ਸੀਗਾ ਤੇ ਮੈਨੂੰ ਦੀਪ ਦਾ ਫੋਨ ਆਇਆ ਕਿ ਬੋਵੀ ਦਿਓਲ ਦਾ ਫੋਨ ਆਇਆ ਸੀ ਉਹ ਕਹਿੰਦਾ ਕਿ ਤੂੰ ਸਾਡੇ ਨਾਲ ਨਾ ਗਦਾਰੀ ਕੀਤੀ ਤੂੰ ਭਈਆ ਸਨੀ ਨੂੰ ਜਿਵੇਂ ਕਹਿੰਦੇ ਆ ਸਾਰੇ ਸਨੀ ਭਈਆ ਤੂੰ ਸਨੀ ਭਈਆ ਦੇ ਪਿੱਠ 'ਚ ਛੋਰਾ ਮਾਰਿਆ ਤੇ ਦੀਪ ਇਸ ਗੱਲ ਤੋਂ ਬਹੁਤ ਜ਼ਿਆਦਾ ਮਤਲਬ ਉਹਨੂੰ ਦੁੱਖ ਹੋਇਆ ਇਸ ਗੱਲ ਦਾ ਕਿ ਯਾਰ ਮੇਰੀ ਵੀ ਮੈਂ ਕਹਦਾ ਪਿੱਠ 'ਚ ਛੋਰਾ ਮਾਰਿਆ ਮੈਂ ਇੱਕ ਅਲੱਗ ਗੱਲ ਕਰ ਰਿਹਾ ਤੁਹਾਡੇ ਖਿਲਾਫ ਨਹੀਂ ਬੋਲ ਰਿਹਾ ਕੋਈ ਕੁਝ ਨਹੀਂ ਕਰ ਰਿਹਾ ਉਹ ਵੱਖਰੀ ਗੱਲ ਆ ਕਿ ਮੈਂ ਜਿਸ ਵਿਚਾਰਧਾਰਾ ਦੇ ਖਿਲਾਫ ਬੋਲ ਰਿਹਾ ਤੁਸੀਂ ਉਸ ਵਿਚਾਰ ਵਿਚਾਰਧਾਰਾ ਦੇ ਧਾਰ ਨਹੀਂ ਹੋ ਪਰ ਮੈਂ ਕੋਈ ਪਰਸਨਲ ਤਾਂ ਤੁਹਾਡੇ ਤੇ ਅਟੈਕ ਕੀਤਾ ਨਹੀਂ ਔਰ ਜਿਸ ਕਿਸਮ ਦੀ ਦੀਪ ਦੀ ਸ਼ਖਸੀਅਤ ਸੀ ਇੱਥੇ ਜੋ ਛੋਰਾ ਮਾਰਨ ਵਰਗੇ ਸ਼ਬਦ ਉਹਨੂੰ ਬਹੁਤ ਹਰਟ ਕਰਦੇ ਸੀ ਕਿ ਉਹਨੂੰ ਇਦਾਂ ਲੱਗਦਾ ਸੋਚਾ ਇਹ ਉਹਨੂੰ 26 ਜਨਵਰੀ ਨੂੰ ਗਦਾਰ ਕਹੋ ਚਾਹੇ ਉਸ ਟਾਈਮ ਦੇ ਹੋਲ ਪਰਿਵਾਰ ਨੇ ਇਹ ਗੱਲ ਕਹੀ ਤੇ ਮੈਂ ਉਹਨੂੰ ਇਹ ਹੀ ਕਿਹਾ ਮੈਂ ਤਾਂ ਕੋਈ ਗੱਲ ਨਹੀਂ ਇਹ ਕੁਰਬਾਨੀਆਂ ਦੇਣੀਆਂ ਹੀ ਪੈਂਦੀਆਂ ਨੇ ਉਹ ਇੱਕ ਪੋਸਟ ਪਾਈ ਸੀ ਸਨੀ ਦਿਓਲ ਨੇ ਵੀ ਸਾਡਾ ਇਸ ਵਿਅਕਤੀ ਨਾਲ ਲੈਣਾ ਦੇਣਾ ਨਹੀਂ ਅਸੀਂ ਜਾਣਦੇ ਨਹੀਂ ਹਾਂ ਜਦ ਕਿ ਸਿਮਰ ਨੇ ਇੱਥੇ ਥੋੜੇ ਵਾਲੀ ਥਾਂ ਤੇ ਬੈਠ ਕੇ ਮੈਨੂੰ ਉਹ ਤਸਵੀਰਾਂ ਦਿਖਾਈਆਂ ਜਿੱਥੇ ਪਰਿਵਾਰਕ ਮਿਲਣੀਆਂ ਬਰਥਡੇ ਪਾਰਟੀਆਂ ਇੱਕ ਦੂਜੇ ਦੇ ਘਰ ਚ ਬੈਠ ਕੇ ਇਕੱਠੇ ਪੂਰਾ ਪਰਿਵਾਰ ਦੀਪ ਦਾ ਪੂਰਾ ਪਰਿਵਾਰ ਬੋਬੀ ਦੇ ਹਾਲ ਸਣੀ ਦੇ ਹਾਲ ਤਰਮਿੰਦਰ ਸਾਰੇ ਇੱਕੋ ਥਾਂ ਤੇ ਇਕੱਠੇ ਹੁੰਦੇ ਸੀ ਮੈਂ ਇਸ ਗੱਲ ਦਾ ਗਵਾਹ ਹਾਂ ਸਿਮਰ ਮੇਰੇ ਤੋਂ ਵੀ ਵੱਧ ਗਵਾਹ ਹੈ ਅਸੀਂ ਬਹੁਤ ਵਾਰ ਮਤਲਬ ਨੇੜੇ ਹੀ ਘਰ ਸੀਗਾ ਤਰਮਿੰਦਰ ਹੋਰਾਂ ਦਾ ਘਰ ਜਿਹੜਾ ਦੀਪ ਦੇ ਘਰ ਤੋਂ ਬਹੁਤ ਨੇੜੇ ਹੈ ਉਹ ਜਦੋਂ ਵੀ ਗੱਲ ਕਰਦੇ ਉਹ ਕਹਣਾ ਮੈਂ ਬੰਗਲੋ ਆ ਸਰ ਬੰਗਲੋ ਦਾ ਮਤਲਬ ਸੀ ਉਹਨਾਂ ਦੇ ਘਰ ਤਰਮਿੰਦਰ ਦੇ ਘਰ ਤਰਮਿੰਦਰ ਦਾ ਘਰ ਜ਼ਿਆਦਾਤਰ ਉੱਥੇ ਰਹਿੰਦਾ ਸੀ ਜਿਵੇਂ ਆਮ ਹੀ ਹਾਂ ਜਿਮ ਉੱਥੇ ਕਰਦਾ ਹੈ ਨਾ ਕਈ ਵਾਰ ਅਸੀਂ ਜਾਂਦੇ ਤਾਂ ਅਸੀਂ ਖਾਣਾ ਵੀ ਰਸੋਈ 'ਚ ਹੀ ਖਾਂਦੇ ਮਤਲਬ ਰਸੋਈ 'ਚ ਹੀ ਧਰਮਿੰਦਰ ਹੋਣਾ ਦੇ ਘਰੇ ਤੇ ਪਹਿਲੀ ਵਾਰੀ ਜਦੋਂ ਮੈਂ ਧਰਮਿੰਦਰ ਨੂੰ ਮਿਲਿਆ ਜੋਰਾ ਇੱਕ ਫੋਟੋ ਵੀ ਆ ਮੇਰੀ ਦੀਪਦੀ ਦੇ ਧਰਮਜੀਤ ਦੀ ਹਨਾ ਉਸੇ ਵਕਤ ਦੀ ਵੀ ਫਿਰ ਅਸੀਂ ਲੋਨਾ ਵਾਲਾ ਬਹੁਤ ਜ਼ਿਆਦਾ ਰਹੇ ਹਾਂ ਬਹੁਤ ਜਿਹੜੇ ਇਹਨਾਂ ਦਾ ਧਰਮਜੀਤ ਦਾ ਜਿਹੜਾ ਫਾਰਮ ਹਾਊਸ ਫਾਰਮ ਹਾਊਸ ਕਹਿੰਦੇ ਹਾਂ ਹਾਂ ਉੱਥੇ ਬਹੁਤ ਜ਼ਿਆਦਾ ਅਸੀਂ ਰਹੇ ਹਾਂ ਤੇ ਉਹ ਜਿਹੜਾ ਕੁਝ ਮੈਂ ਦੇਖਿਆ ਜਾਂ ਜਿਸ ਮਤਲਬ ਤੁਸੀਂ ਦੀਪ ਦਾ ਚਲੋ ਸੀਗਾ ਹੀ ਸੀਗਾ ਅਸੀਂ ਵੀ ਜਿਵੇਂ ਵਿਚਰੇ ਜਾਂ ਸਨੀ ਸੁਪਰ ਸਾਊਂਡ ਦੇ ਵਿੱਚ ਵੀ ਸਨੀ ਦੇਵੋਲ ਨਾਲ ਜਾਂ ਧਰਮਿੰਦਰ ਜਾਂ ਉਹ ਸਾਡੇ ਨਾਲ ਜਿਸ ਤਰ੍ਹਾਂ ਗੱਲ ਕਰਦੇ ਸੀ ਤਾਂ ਇੱਕ ਪਰਿਵਾਰਕ ਪਿਆਰ ਵਾਲੀ ਗੱਲ ਸੀਗੀ ਉਹ ਇਦਾਂ ਨਹੀਂ ਸੀ ਕੋਈ ਵੀ ਮੈਂ ਡਾਇਰੈਕਟਰਾਂ ਜਾਂ ਉਹ ਮੇਰੇ ਲਈ ਐਕਟਰ ਨਹੀਂ ਹਨ ਉਹ ਬੜੀ ਮਤਲਬ ਇੱਕ ਪਰਿਵਾਰਕ ਮਾਹੌਲ ਦੇ ਵਿੱਚ ਰਹੇ ਹਨ ਹੈਨਾ ਔਰ ਦੀਪ ਹਮੇਸ਼ਾ ਉਹਨਾਂ ਦਾ ਫਿਕਰ ਕਰਿਆ ਕਰਦਾ ਸੀ ਹੂੰ ਇਹ ਨਹੀਂ ਕਿ ਦੀਪ ਕੋਈ ਉਹਨਾਂ ਤੇ ਨਿਰਭਰ ਸੀਗਾ ਕਦੇ ਖਿਲਾਫ ਵੀ ਨਹੀਂ ਬੋਲਿਆ ਕਦੇ ਖਿਲਾਫ ਨਹੀਂ ਬੋਲਿਆ ਔਰ ਬਹੁਤ ਉਹਨਾਂ ਨੂੰ ਜਦੋਂ ਕਿਸਾਨ ਅੰਦੋਲਨ ਤੋਂ ਪਹਿਲਾਂ ਦਾ ਜਿਹੜਾ ਪੀਰੀਅਡ ਆ ਸਣੀ ਦੇਵਾਲ ਦਾ ਵੋਟਾਂ 'ਚ ਖੜੇ ਹੋਣ ਤੋਂ ਪਹਿਲਾਂ ਦਾ ਤਾਂ ਹਮੇਸ਼ਾ ਹੀ ਕਹਿੰਦਾ ਹੁੰਦਾ ਸੀ ਵੀ ਜੇ ਆਹ ਕੰਮ ਐ ਹੋ ਜੇ ਨਾ ਸਰ ਤਾਂ ਸਣੀ ਭਈਆ ਥੋੜੇ ਸੌਖੇ ਹੋ ਜਾਣਗੇ ਆਰਥਿਕ ਪੱਖੋਂ ਕੋਈ ਕਿਉਂਕਿ ਦੀਪ ਹੀ ਕਰਦਾ ਸੀ ਸਾਰਾ ਉਹਨਾਂ ਦਾ ਕੰਮ ਜਿਹੜਾ ਇੱਕ ਲਾਇਰ ਦੇ ਤੌਰ ਤੇ ਵੀ ਹੂੰ ਔਰ ਕੋਈ ਮਾੜਾ ਜਾਂ ਕੰਮ ਹੁੰਦਾ ਧਰਮਜੀ ਸਾਰਾ ਮੈਨੂੰ ਉਹਨੂੰ ਫੋਨ ਕਰੀ ਜਾਂਦੇ ਰਹਿੰਦੇ 10 10 ਮਿੰਟ ਬਾਅਦ ਵੀ ਫੋਨ ਕਰਦੇ ਤੇ ਕਈ ਵਾਰੀ ਦੀਪਕ ਵੀ ਜਾਂਦਾ ਕਿ ਸਰ ਮੈਂ ਤੁਹਾਨੂੰ ਕਹਤਾ ਨਾ ਉਹ ਮੇਰੀ ਜ਼ਿੰਮੇਵਾਰੀ ਆ ਮੈਂ ਕੰਮ ਉਹ ਕਰ ਦੂੰਗਾ ਬੰਬੇ ਤੋਂ ਬਾਹਰ ਕਿਤੇ ਜਾਣਾ ਹੁੰਦਾ ਧਰਮਜੀ ਨੂੰ ਤਾਂ ਦੀਪ ਲੈ ਕੇ ਜਾਂਦਾ ਹਨਾ ਤੁਸੀਂ ਸਨੀ ਨੂੰ ਵੀ ਦੇਖਿਆ ਬੋਬੀ ਨੂੰ ਵੀ ਦੇਖਿਆ ਬਾਹਰ ਅਬਰਾਡ ਵੀ ਜਦੋਂ ਗਏ ਆ ਤਾਂ ਅਕਸਰ ਦੀਪ ਨਾਲ ਹੀ ਹੁੰਦਾ ਹਨਾ ਹੂੰ ਤਾਂ ਮੈਨੂੰ ਬੜਾ ਉਹ ਮੁੱਕਰ ਹੀ ਗਿਆ ਪ੍ਰਵਾਹ ਉਹ ਮੁੱਕਰ ਹੀ ਗਿਆ ਦੇਖੋ ਜੀ ਮੈਨੂੰ ਬਹੁਤ ਦੁੱਖ ਹੋਇਆ ਇਸ ਗੱਲ ਦਾ ਮਤਲਬ ਉਹ ਧਰਮਜੀ ਮੈਨੂੰ ਵੀ ਫੋਨ ਕਰਦੇ ਸੀ ਮੇਰੇ ਫੋਨ ਦੇ ਵਿੱਚ ਵੀ ਧਰਮਜੀ ਦਾ ਪਰਸਨਲ ਨੰਬਰ ਹੈਗਾ ਜਦੋਂ ਅਸੀਂ ਜੋੜਾ ਕਰਨੀ ਸੀ ਜੋੜਾ ਤੇ ਮੈਨੂੰ ਮੈਂ ਉਹਨਾਂ ਕੋਲੇ ਗਿਆ ਤੇ ਮੈਨੂੰ ਕਹਿੰਦੇ ਕੋਈ ਗੱਲ ਨਹੀਂ ਸੰਦੀਪ ਆਪਣਾ ਬੇਟਾ ਜੋ ਕਹੂਗਾ ਮੈਂ ਕਰ ਦੂੰਗਾ ਮੈਂ ਹੈ ਜੀ ਨਹੀਂ ਐ ਨਹੀਂ ਕਰਨਾ ਤੁਹਾਡੇ ਤੋਂ ਰੋਲ ਐ ਨਹੀਂ ਕਰਾਉਣਾ ਤੁਸੀਂ ਕਹਾਣੀ ਸੁਣੋ ਆਪਣਾ ਕਰੈਕਟਰ ਸੁਣੋ ਫਿਰ ਤੁਸੀਂ ਕਰਿਓ ਫਿਰ ਮੈਂ ਉਹਨਾਂ ਨੂੰ ਸੁਣਾਇਆ ਕਰੈਕਟਰ ਹੈਨਾ ਫੇਰ ਉਹ ਵਾਰ-ਵਾਰ ਮੇਰੇ ਤੋਂ ਸੁਣਿਆ ਉਹਨਾਂ ਨੇ ਕਈ ਵਾਰੀ ਸੁਣਿਆ ਭੁੱਲ ਜਾਂਦੇ ਸੀਗੇ ਹਨਾ ਜਿਵੇਂ ਉਮਰ ਦੇ ਹਿਸਾਬ ਨਾਲ ਫੇਰ ਮੈਂ ਉਹਨਾਂ ਦੇ ਕੱਪੜਿਆਂ ਦਾ ਮੇਚ ਆਪਦੇ ਹੱਥ ਨਾਲ ਲੈ ਕੇ ਆਇਆ ਜੁੱਤੀ ਦਾ ਮੇਚ ਲੈ ਕੇ ਆਇਆ ਕਿ ਜੋ ਤੁਸੀਂ ਕੱਪੜੇ ਜੋ ਮਾਹੌਲ ਸਾਰਾ ਉਹਨਾਂ ਨੂੰ ਸਮਝਾ ਕੇ ਫੇਰ ਅਸੀਂ ਉੱਥੇ ਚਾਂਦੀ ਵਾਲੀ ਸਟੂਡੀਓ ਆ ਬੰਬੇ ਦੇ ਵਿੱਚ ਉੱਥੇ ਧਰਮਜੀ ਦਾ ਸ਼ੂਟ ਕੀਤਾ ਔਰ ਇੱਕ ਦਿਨ ਦਾ ਕੰਮ ਸੀ ਪਰ ਸਾਨੂੰ ਇਹ ਸੀ ਕਿ ਧਰਮਜੀ ਔਖੇ ਨਾ ਹੋਣ ਇਸ ਕਰਕੇ ਅਸੀਂ ਆਰਾਮ ਨਾਲ ਦੋ ਦਿਨਾਂ ਚ ਕੀਤਾ ਫੇਰ ਅਸੀਂ ਡਬਿੰਗ ਉਹਨਾਂ ਦੇ ਹਿਸਾਬ ਨਾਲ ਕੀਤੀ ਜਦੋਂ ਉਹਨਾਂ ਦਾ ਜੀ ਕਰਦਾ ਸੀ ਉਦੋਂ ਡਬਿੰਗ ਕਰਦੇ ਸੀ ਹਨਾ ਕਿ ਅਸੀਂ ਕਿਸੇ ਤਰੀਕੇ ਨਾਲ ਉਹਨਾਂ ਨੂੰ ਤੰਗ ਨਹੀਂ ਸੀ ਕਰਨਾ ਚਾਹੁੰਦੇ ਹਨਾ ਉਹ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲ ਦੱਸਦਾ ਜਦੋਂ ਉਹਨਾਂ ਦੇ ਨਾ ਗਲ ਦਾ ਆਪਰੇਸ਼ਨ ਹੋਣਾ ਸੀਗਾ ਜੋਰਾ ਦੇ ਸ਼ੂਟ ਤੋਂ ਪਹਿਲਾਂ ਤੇ ਅਸੀਂ ਬਟਿੰਡੇ ਪ੍ਰੀ ਪ੍ਰੋਡਕਸ਼ਨ ਕਰ ਰਹੇ ਸੀ ਜੋਰਾ ਪਹਿਲੀ ਜੋਰਾ ਦੀ ਤੇ ਉਹ ਚਲੇ ਗਏ ਇੰਗਲੈਂਡ ਜਾਂ ਅਮਰੀਕਾ ਉਹ ਗਲ ਦਾ ਆਪਰੇਸ਼ਨ ਕਰਾਉਣ ਤੇ ਉਹਨਾਂ ਨੇ ਫੋਨ ਕੀਤਾ ਦੀਪ ਨੂੰ ਕਿ ਤੂੰ ਫਿਕਰ ਨਾ ਕਰੀ ਵੀ ਮੈਂ ਆ ਜੂਗਾ ਉਦੋਂ ਤੱਕ ਤੇ ਦੀਪ ਨੇ ਫੋਨ ਮੈਨੂੰ ਫੜਾਤਾ ਤੇ ਫਿਰ ਮੈਨੂੰ ਵੀ ਉਹਨਾਂ ਨੇ ਐਂ ਕਿਹਾ ਕਿ ਗਿਲ ਸਾਹਿਬ ਕੋਈ ਗੱਲ ਨਹੀਂ ਤੁਸੀਂ ਕੰਮ ਕਰੋ ਮੈਂ 15 20 ਦਿਨਾਂ ਚ ਠੀਕ ਹੋ ਕੇ ਆ ਜੂਗਾ ਤੇ ਮੈਂ ਹੀ ਕਰੂੰਗਾ ਇਹ ਕਰੈਕਟਰ ਹੂੰ ਔਰ ਉਹਨਾਂ ਨੇ ਕੀਤਾ ਵੀ ਬਾਅਦ ਜੋ ਠੀਕ ਹੋਇਆ ਇਹ ਮੈਨੂੰ ਬਹੁਤ ਦੁੱਖ ਹੁਣ ਅੱਜ ਕੱਲ ਜੋ ਗਿਲ ਸਾਹਿਬ ਚੱਲ ਰਿਹਾ ਹੈ ਇੱਕ ਜਿੰਨੇ ਦੀਪ ਦੇ ਦੋਸਤ ਸੀਗੇ ਕੁਝ ਉਹ ਹਿੱਸਿਆਂ ਚ ਵੰਡੇ ਗਏ ਨੇ ਇੱਕ ਦੂਜੇ ਦੇ ਉੱਤੇ ਦੋਸ਼ ਲੱਗ ਰਹੇ ਆ ਕੋਈ ਕਿਸੇ ਤੇ ਪੈਸੇ ਖਾਂਡ ਦਾ ਦੋਸ਼ ਲਾ ਰਿਹਾ ਜੀ ਕੋਈ ਉਹਦੀ ਜਿਹੜਾ ਪਰਿਵਾਰ ਨੂੰ ਲੈ ਕੇ ਸਵਾਲ ਜਵਾਬ ਹੋ ਰਿਹਾ ਇਸ ਪੂਰੇ ਚ ਤੁਸੀਂ ਕੀ ਸੋਚਦੇ ਹੋ ਤੁਹਾਨੂੰ ਕੀ ਲੱਗਦਾ ਕੌਣ ਠੀਕ ਹੈ ਕੌਣ ਗਲਤ ਮੈਨੂੰ ਬਹੁਤ ਦੁੱਖ ਲੱਗਦਾ ਦੇਖੋ ਮੈਂ ਜਿਹਨੂੰ ਕਹਿੰਦੇ ਹੁੰਦੇ ਆ ਇਹ ਕੋਈ ਫੈਸਲਾਤ ਨਹੀਂ ਕਰਦਾ ਕਿ ਕੌਣ ਠੀਕ ਆ ਕੌਣ ਗਲਤ ਕਿਉਂਕਿ ਇਹ ਗੱਲ ਸਭ ਨੂੰ ਪਤਾ ਕਿ ਜਿਹੜੇ ਇਹ ਦੋਸਤ ਜਿਸ ਟਾਈਮ ਦੀਪ ਦੇ ਨੇੜੇ ਆਏ ਦੀਪ ਦੇ ਦੋਸਤ ਬਣੇ ਉਸ ਵਕਤ ਮੈਂ ਨਹੀਂ ਸੀਗਾ ਉੱਥੇ ਕਿਸਾਨ ਅੰਦੋਲਨ ਦੇ ਵਿੱਚ ਮੈਂ ਨਹੀਂ ਸੀਗਾ ਇਹ ਸਾਰੇ ਕਿਸਾਨ ਅੰਦੋਲਨ ਦੇ ਦੌਰਾਨ ਦੀਪ ਦੇ ਨੇੜੇ ਆਏ ਹਨ ਹਨਾ ਇਸ ਕਰਕੇ ਦੀਪ ਦੀ ਜਿਹੜੀ ਉਹਨਾਂ ਨਾਲ ਨੇੜਤਾ ਸੀਗੀ ਉਹ ਲਾਸਟ ਦੇ ਜਿਹੜੇ 1.5 ਸਾਲ 2 ਸਾਲ ਦਾ ਟਾਈਮ ਉਹਦੇ ਵਿੱਚ ਬਣਦੀ ਆ ਹਨਾ ਔਰ ਤੁਹਾਨੂੰ ਇਹ ਵੀ ਪਤਾ ਕਿ ਦੀਪ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਸੀ ਜਿਹੜੀਆਂ ਉਹ ਕਿਸੇ ਬਾਰੇ ਨਹੀਂ ਸੀ ਕਰਦਾ ਹੁੰਦਾ ਉਹ ਜਜਮੈਂਟਲ ਨਹੀਂ ਸੀ ਹੁੰਦਾ ਹੁੰਦਾ ਕਿ ਆ ਆਏ ਆ ਜਾਂ ਬੰਦਾ ਮੈਨੂੰ ਤੰਗ ਕਰਦਾ ਕਦੇ ਕਦੇ ਕੋਈ ਕੋਈ ਗੱਲ ਉਹਨੇ ਕਰ ਦਿੰਦਾ ਹੁੰਦਾ ਸੀ ਕਿਸੇ ਬਾਰੇ ਕਿ ਕਦੇ-ਕਦੇ ਇਹ ਗੱਲ ਵੀ ਕਰ ਦਿੰਦਾ ਸੀ ਕਿ ਇਹ ਬੰਦਾ ਬਹੁਤ ਵਧੀਆ ਆ ਆਪਾਂ ਕਿਸਾਨ ਅੰਦੋਲਨ ਚ ਜੇ ਕੋਈ ਬੰਦੇ ਕਮਾਏ ਆ ਤਾਂ ਇਹ ਆਪਣੇ ਦੋਸਤ ਹਨਾ ਤੁਸੀਂ ਜਥੇਬੰਦੀ ਦੇ ਵਿੱਚ ਕਿਸੇ ਤਰੀਕੇ ਨਾਲ ਪਾਰਟਿਸਿਪੇਟ ਕਰਦੇ ਹੋ ਜਾਂ ਐਕਟਿਵ ਹੈਗੇ ਮੈਨੂੰ ਮੈਨੂੰ ਨਹੀਂ ਪਤਾ ਕਿਸੇ ਨੇ ਵੀ ਜਥੇਬੰਦੀ ਕਿਉਂਕਿ ਜਿਸ ਵਕਤ ਇਹ ਜਥੇਬੰਦੀ ਸਾਰਾ ਕੁਝ ਬਣਨ ਦਾ ਕੰਮ ਸ਼ੁਰੂ ਹੋ ਰਿਹਾ ਸੀ ਸ਼ੁਰੂ ਆਤੀ ਦੌਰ ਚ ਉਦੋਂ ਦੀਪ ਸੀਗਾ ਹਨਾ ਉਦੋਂ ਦੀਪ ਮੈਨੂੰ ਨਾਲ ਰੱਖਦਾ ਸੀਗਾ ਅਸੀਂ ਬਹੁਤ ਸਾਰੀਆਂ ਮੀਟਿੰਗ ਸੀ ਜਿਹੜੀਆਂ ਉਹ ਜ਼ੂਮ ਦੇ ਜ਼ਰੀਏ ਕੀਤੀਆਂ ਹਨ ਉਦੋਂ ਜਿਹੜੇ 5-7 ਜਣੇ ਹੁੰਦੇ ਸੀ ਉਹਨਾਂ ਦੇ ਵਿੱਚ ਮੈਂ ਵੀ ਹੁੰਦਾ ਸੀਗਾ ਸ਼ਾਮਲ ਬਾਅਦ ਦੇ ਵਿੱਚ ਵੀ ਫਤੇਗੜ ਸਾਹਿਬ ਵੀ ਜਦੋਂ ਮੀਟਿੰਗ ਹੁੰਦੀ ਆ ਉਸ ਦਿਨ ਮੈਂ ਆ ਨਹੀਂ ਸਕਿਆ ਦੀਪ ਦੇ ਹੁੰਦੇ ਪਰ ਦੀਪ ਨੇ ਹਮੇਸ਼ਾ ਮੇਰੇ ਨਾਲ ਗੱਲ ਕੀਤੀ ਜਥੇਬੰਦੀ ਬਾਰੇ ਹਨ ਤੇ ਉਹ ਇਹ ਗੱਲ ਮੈਨੂੰ ਕਲੀਅਰ ਸੀ ਕਿ ਉਹ ਕੋਈ ਅਹੁਦਾ ਨਹੀਂ ਲਊਗਾ ਜਾਂ ਉਹਨੇ ਕੋਈ ਕੱਲ ਨੂੰ ਕੋਈ ਰਾਜਨੀਤੀ ਨਹੀਂ ਕਰਨੀ ਜਾਂ ਕੋਈ ਇਸ ਕਿਸਮ ਦਾ ਉਹ ਨਹੀਂ ਕਰਨਾ ਉਹਨੇ ਸਿਰਫ ਕੰਮ ਕਰਨਾ ਪਰ ਉਹ ਮੇਰੇ ਨਾਲ ਗੱਲ ਕਰਦਾ ਹੁੰਦਾ ਸੀ ਜਦੋਂ ਦੀਪ ਦੇ ਜਾਣ ਤੋਂ ਬਾਅਦ ਜਥੇਬੰਦੀ ਦਾ ਜਿਹੜਾ ਰੂਪ ਆ ਜੋ ਵੀ ਹੋਇਆ ਉਹ ਸ਼ੁਰੂ-ਸ਼ੁਰੂ ਦੇ ਵਿੱਚ ਮੇਰੇ ਨਾਲ ਗੱਲਾਂ ਹੁੰਦੀਆਂ ਰਹੀਆਂ ਹਨ ਜਿਹੜੇ ਬਾਹਰ ਵੀ ਬੈਠੇ ਨੇ ਦੋਸਤ ਆਪਣੇ ਭਰਾ ਉਹਨਾਂ ਨੇ ਵੀ ਕੀਤੇ ਫੇਰ ਇੱਕ ਦਿਨ ਜਿਹੜਾ ਕੁਝ ਐਲਾਨ ਬਰਗਾੜੀ ਹੁੰਦਾ ਉੱਥੇ ਨਹੀਂ ਮੈਂ ਗਿਆ ਹਨ ਉਸ ਤੋਂ ਬਾਅਦ ਫਿਰ ਮੈਨੂੰ ਨਹੀਂ ਪਤਾ ਕੁਝ ਵੀ ਇਸ ਇਹਨੂੰ ਤੁਸੀਂ ਹਾਦਸਾ ਸਮਝਦੇ ਹੋ ਜਾਂ ਤੁਹਾਨੂੰ ਵੀ ਲੱਗਦਾ ਹੈ ਕਿ ਕੋਈ ਜਿਵੇਂ ਦਲਜੀਤ ਕਲਸੀ ਹੋਣਾ ਨੇ ਮੇਰੇ ਇੰਟਰਵਿਊ ਚ ਕਿਹਾ ਕਿ ਮੈਨੂੰ ਲੱਗਦਾ ਸ਼ੱਕ ਹੈ ਕਿ ਇਹਦੇ ਪਿੱਛੇ ਕਾਂਸਪੀਰੇਸੀ ਹੋ ਸਕਦੀ ਸੀ ਹਾਂਜੀ ਬਿਲਕੁਲ ਹੋ ਸਕਦੀ ਹੈ ਮਤਲਬ ਅਸੀਂ ਜਿਹਨੂੰ ਕਹਿਦੀ ਹੈ ਕਿ ਬਿਲਕੁਲ ਕੋਈ ਨੰਗਾ ਚਿੱਟਾ ਹਾਦਸਾ ਹੀ ਹੈ ਇਹਦੇ ਤੇ ਬਾਰੇ ਤਾਂ ਸੋਚਣ ਦੀ ਲੋੜ ਨਹੀਂ ਇਹ ਗੱਲ ਨੂੰ ਮਨ ਨਹੀਂ ਮੰਨਦਾ ਹੈਗਾ ਰੀਨਾ ਰਾਏ ਦੀ ਭੂਮਿਕਾ ਤੇ ਕੋਈ ਸ਼ੱਕ ਤੁਹਾਨੂੰ ਉਹ ਉਹਦੇ ਬਾਰੇ ਨਹੀਂ ਮੈਂ ਕੋਈ ਗੱਲ ਕਰਨੀ ਚਾਹੁੰਦਾ ਹਾਂ ਹਾਂਜੀ ਉਹ ਮੈਂ ਉਹਨੂੰ ਇੱਕ ਫਿਲਮ ਚ ਦੇਖਿਆ ਸੀ ਜਾਂ ਉਹਦੀ ਡਬਿੰਗ ਵੇਲੇ ਮੈਂ ਇੱਕ ਵਾਰ ਦੀ ਦੀਪ ਤੇ ਪਰਿਵਾਰ ਨਾਲ ਉਹਨਾਂ ਦੀ ਮਿਸੇਜ਼ ਬੇਟੀ ਨਾਲ ਥੋੜੀ ਸਾਥ ਤੁਸੀਂ ਮਿਲਦੇ ਗੁਲਦੇ ਰਹੇ ਉਹ 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 ਹੈਗੇ ਸੀਗੇ ਮੈਂ ਜਦੋਂ ਗਿਆ ਹੂੰ ਬੰਬੇ 2016 ਦੇ ਵਿੱਚ 2015 ਚ ਅਸੀਂ ਮਿਲੇ ਸੀ ਰਮਤਾ ਜੋਗੀ ਰਿਲੀਜ਼ ਹੁੰਦੀ ਆ ਸ਼ਾਇਦ 14 ਅਗਸਤ 2015 ਨੂੰ ਤੇ ਅਸੀਂ 17 ਅਗਸਤ 2015 ਨੂੰ ਮਿਲਦੇ ਆ ਪਹਿਲੀ ਵਾਰੀ ਇਸ 2016 ਦੇ ਵਿੱਚ ਫਿਰ ਦੀਪ ਮੈਨੂੰ ਬੰਬੇ ਬੁਲਾ ਲੈਂਦਾ ਕਿ ਆਪਾਂ ਜੋੜਾ ਕਰਨੀ ਆ ਅਸੀਂ ਦੋ ਹੀ ਜਣੇ ਸੀਗੇ ਉਸ ਵਕਤ ਤੇ ਜਿਸ ਦਿਨ ਮੈਂ ਪਹਿਲੇ ਦਿਨ ਉਹਦੇ ਘਰੇ ਜਾਨਾ ਤਾਂ ਉਹਨੇ ਮੈਨੂੰ ਆਪਣੀ ਪਤਨੀ ਦੇ ਨਾਲ ਹੀ ਮਿਲਾਇਆ ਸੀ ਤੇ ਆਪਣੀ ਬੇਟੀ ਨਾਲ ਹੀ ਮਿਲਾਇਆ ਔਰ ਜਦੋਂ ਤੱਕ ਇਹ ਆਪਣਾ ਸੀਗਾ ਲਾਕਡਾਊਨ ਤੇ ਆ ਕਿਸਾਨ ਅੰਦੋਲਨ ਉਦੋਂ ਤੱਕ ਮੈਂ ਤਾਂ ਉੱਥੇ ਹੀ ਸੀਗਾ ਤੇ ਮੈਂ ਅਕਸਰ ਦੀਪ ਦੇ ਘਰੇ ਜਾਂਦਾ ਸੀ ਤਾਂ ਮੈਂ ਉਹਨਾਂ ਨੂੰ ਹੀ ਮਿਲਦਾ ਸੀਗਾ ਹਨ ਤੇ ਬੱਚੀ ਤਾਂ ਚਲੋ ਸਾਡੇ ਕੋਲ ਹੀ ਖੇਡਦੀ ਰਹਿੰਦੀ ਸੀ ਕਦੇ ਕੋਈ ਪਾਣੀ ਲੈ ਆਈ ਕਿਉਂਕਿ ਇੱਕ ਪੋਰਸ਼ਨ ਸੀ ਜਿਹਨੂੰ ਅਸੀਂ ਆਫਿਸ ਦੇ ਤੌਰ ਤੇ ਵਰਤਦੇ ਸੀਗੇ ਤੇ ਉਹਦੀ ਜਿਹੜੀ ਪਤਨੀ ਆ ਉਹਦੇ ਨਾਲ ਵੀ ਮਤਲਬ ਜੋ ਇੱਕ ਸਤਕਾਰਤ ਇੰਟਰੈਕਸ਼ਨ ਹੁੰਦਾ ਬਸ ਉਹਨਾਂਕ ਹੋਇਆ ਜੀ ਆਖਰੀ ਸਵਾਲ ਹੈ ਬਹੁਤ ਲੰਬੀ ਤੁਸੀਂ ਗੱਲਬਾਤ ਇਸ ਕੀਤੀ ਹੈ ਕੁਲ ਸਿੱਧੂ ਦੀਆਂ ਕੁਝ ਪੋਸਟਸ ਮੈਂ ਫੋਲੋ ਕਰਦਾ ਰਹਿਣਾ ਜੀ ਬਹੁਤ ਵੱਡਾ ਸਦਮਾ ਕਿਉਂਕਿ ਤੁਹਾਡੇ ਨਾਲ ਜ਼ਾਇਰ ਜੀ ਗੱਲ ਹੈ ਇੱਕ ਆਰਟਿਸਟ ਨੇ ਤੁਹਾਡੇ ਤਾਂ ਡਿਸਕਸ ਕਰਦੇ ਰਹਿੰਦੇ ਹੋਣਗੇ ਬਹੁਤ ਵੱਡਾ ਨੁਕਸਾਨ ਉਹਨਾਂ ਨੂੰ ਵੀ ਕਿਉਂਕਿ ਜਿਸ ਤਰ੍ਹਾਂ ਦੀਆਂ ਪੋਸਟਾਂ ਪਾ ਰਹੇ ਨੇ ਉਹ ਸ਼ਾਇਦ ਦੀਪ ਨੂੰ ਪੁਲਾਉਣਾ ਬਹੁਤ ਔਖਾ ਹੈ ਹਾਂਜੀ ਉਹ ਕੁੜੀਆ इमोशनल ਜਿਆਦਾ ਹੈ ਕਮਜ਼ੋਰ ਵੀ ਆ ਥੋੜੀ ਜੀ ਮਤਲਬ ਉਸ ਭਾਵਨਾਤਮਕ ਤੌਰ ਤੇ ਕਹਿ ਸਕਦੇ ਆ ਉਹਦੀ ਵਿਚਾਰੀ ਦਾ ਜਿਹੜਾ ਪਰਿਵਾਰ ਇੱਕ ਪਛੋਕੜਾ ਉਹ ਵੀ ਦੁਖ ਦੁਖਾਂਤਕ ਆ ਪਹਿਲਾਂ ਹੀ ਉਹਦੇ ਫਾਦਰ ਹੈ ਨਹੀਂ ਗਏ ਹਨਾ ਤੇ ਉਹਦੇ ਲਈ ਦੀਪ ਦਾ ਬਹੁਤ ਵੱਡਾ ਸਹਾਰਾ ਸੀ ਹਨਾ ਉਹ ਬਹੁਤ ਲੜਦੇ ਵੀ ਬਹੁਤ ਸੀ ਉਹ ਕਈ ਗੱਲਾਂ ਇਹੋ ਜੀਆਂ ਸੀ ਜਿਹੜੀਆਂ ਦੀਪ ਨੂੰ ਮੈਂ ਨਹੀਂ ਕਹਿ ਸਕਦਾ ਜਾਂ ਦੀਪ ਮੇਰੇ ਨਾਲ ਨਹੀਂ ਸੀ ਕਰਦਾ ਚੇਪ ਮੰਨਦਾ ਸੀ ਉਹ ਕੁੱਲ ਨਾਲ ਕਰ ਲੈਂਦਾ ਸੀ ਤੇ ਕੁੱਲ ਉਹਨੂੰ ਇਹ ਕਹਿ ਦਿੰਦੀ ਹੁੰਦੀ ਸੀ ਕਿ ਬਾਈ ਇਹ ਗਲਤ ਗੱਲ ਆ ਤੇਰੀ ਹਨਾ ਤੇ ਉਹ ਚੱਲਦਾ ਵੀ ਸੀ ਇਸ ਗੱਲ ਤੋਂ ਹਨਾ ਵੀ ਜਿਵੇਂ ਆਪਾਂ ਲੜਦੇ ਨਹੀਂ ਹੁੰਦੇ ਕੁੜੀਆਂ ਨਾਲ ਹਨਾ ਵੀ ਭੈਣਾ ਵੀ ਚੱਲ ਖਾਂ ਉਹਨਾਂ ਦਾ ਸਤਕਾਰ ਹੁੰਦਾ ਉਹ ਅਸਲ ਜਦੋਂ ਇਹ ਸਾਰਾ ਕੁਝ ਹੋਇਆ ਉਹ ਇੱਕ ਵਾਰੀ ਤਾਂ ਮੈਨੂੰ ਸੰਭਾਲਣ ਲੱਗ ਗਈ ਹਨਾ ਕਿ ਉੱਥੇ ਹੀ ਸੀਗੀ ਉਹ ਮੇਰੇ ਨਾਲ ਹੀ ਤੇ ਬਾਅਦ ਦੇ ਵਿੱਚ ਇਹ ਹੋ ਗਿਆ ਕਿ ਮੈਂ ਥੋੜਾ ਜਿਹਾ ਸੰਭਲ ਗਿਆ ਕਿਉਂਕਿ ਮੈਨੂੰ ਬਹੁਤ ਸਾਰੇ ਕੰਮ ਕਰਨੇ ਸੀ ਮੈਂ ਦੀਪ ਦੇ ਪ੍ਰੋਗਰਾਮ ਜਿੱਥੇ-ਜਿੱਥੇ ਬੁਲਾਇਆ ਬਾਅਦ ਦੇ ਵਿੱਚ ਗੱਲ ਉਲਟ ਹੋ ਗਈ ਕਿ ਉਹਨੂੰ ਮੈਨੂੰ ਸੰਭਾਲਣਾ ਪੈ ਰਿਹਾ ਹੁਣ ਹਨਾ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਦੇਖੋ ਪਰਿਵਾਰ ਤਾਂ ਪਰਿਵਾਰ ਹੀ ਹੁੰਦਾ ਹਨਾ ਉਹ ਚਾਹੇ ਕੁਝ ਵੀ ਹੈ ਖੂਨ ਦੇ ਰਿਸ਼ਤੇ ਆ ਜਿਹੜੇ ਉਹ ਫਸਟ ਨੇ ਪ੍ਰਾਇਮਰੀ ਨੇ ਔਰ ਪੂਰੀ ਕੌਮ ਨੂੰ ਵੀ ਬਹੁਤ ਵੱਡਾ ਦੁੱਖ ਆ ਹਨਾ ਪੰਜਾਬ ਨੂੰ ਵੀ ਬਹੁਤ ਵੱਡਾ ਦੁੱਖ ਆ ਮੈਨੂੰ ਸਾਰਾ ਦਿਨ ਫੋਨ ਆਈ ਜਾਂਦੇ ਰਹਿੰਦੇ ਨੇ ਅੱਜ ਵੀ ਹਨਾ ਅਮਰੀਕਾ ਕੈਨੇਡਾ ਇੰਗਲੈਂਡ ਮਤਲਬ ਬੀਬੀਆਂ ਭਰਾ ਰੋਂਦੇ ਨੇ ਹਨਾ ਇੱਕ ਪਰਿਵਾਰ ਹੀ ਬਣ ਗਿਆ ਸੀ ਕਿ ਦੀਪ ਸਾਨੂੰ ਸਾਰਿਆਂ ਨੂੰ ਇੱਕ ਪਰਿਵਾਰ ਚ ਹੁੰਦਾ ਰੈਂਡਮ ਕਾਲ ਆਉਂਦੀ ਹੈ ਪਤਾ ਨਹੀਂ ਕੌਣ ਹੈ ਬੰਦਾ ਤੇ ਰੋਣਾ ਸ਼ੁਰੂ ਕਰਦਾ ਹੋਰ ਰੋਣਾ ਸ਼ੁਰੂ ਕਰ ਦਿੰਦਾ ਦੀਪ ਸਾਨੂੰ ਇੱਕ ਧਾਗੇ ਚ ਪਰੋ ਗਿਆ ਪਰ ਜੇ ਜਾਤੀ ਤੌਰ ਤੇ ਦੇਖੀਏ ਤਾਂ ਮਤਲਬ ਜਿਹੜਾ ਦੁੱਖ ਕੁੱਲ ਮਹਿਸੂਸ ਕਰਦੀ ਆ ਜਾਂ ਸੇਮਰ ਮਹਿਸੂਸ ਕਰਦਾ ਜਾਂ ਟੋਨੀ ਮਹਿਸੂਸ ਕਰਦਾ ਜਾਂ ਸੋਨ ਨੂੰ ਮਹਿਸੂਸ ਕਰਦਾ ਜਾਂ ਮੈਂ ਕਿਉਂਕਿ ਅਸੀਂ ਕਿਸੇ ਗਿਣਤੀ 'ਚ ਨਹੀਂ ਆਉਣੇ ਮੈਨੂੰ ਕਿਹੜਾ ਕਿਸ ਨੇ ਇਹ ਕਹਿ ਦੇਣਾ ਕਿ ਇਹ ਤਾਂ ਜੀ ਦੀਪ ਦਾ ਭਰਾ ਹੈ ਜਾਂ ਦੀਪ ਦਾ ਚਾਚਾ ਜਾਂ ਦੀਪ ਦਾ ਪਿਓ ਆ ਮੈਂ ਤਾਂ ਇੱਕ ਅੱਡ ਆ ਨਾ ਸਾਡਾ ਦੁਕਾਨ ਤਾਂ ਜਿਹੜਾ ਉਹ ਚਾਹੇ ਕੁੱਲ ਦਾ ਚਾਹੇ ਜਿਹੜੇ ਬੰਦਿਆਂ ਦੇ ਮੈਂ ਸਾਰੇ ਭਰਾਵਾਂ ਦੇ ਛੋਟਿਆਂ ਦੇ ਨਾਂ ਲਏ ਨੇ ਮੈਂ ਇਹ ਗੱਲ ਜਿਆਦਾ ਮਹਿਸੂਸ ਕਰਦਾ ਕਿ ਇਹਨਾਂ ਦਾ ਦੁੱਖ ਤਾਂ ਕਿਸੇ ਗਿਣਤੀ ਚ ਆਉਣਾ ਹੀ ਨਹੀਂਗਾ ਐਕਸਪਲੇਨ ਨਹੀਂ ਕੀਤਾ ਉਸ ਐਕਸਪਲੇਨ ਇਹਨਾਂ ਟੋਨੀ ਨੂੰ ਕਿਹਨੇ ਪੁੱਛਣਾ ਜਾਂ ਕਿਹਨੇ ਇਹਨੂੰ ਕਹਿਣਾ ਕਿ ਯਾਰ ਕੀ ਹੋ ਗਿਆ ਬਿਲਕੁਲ ਤੇ ਪਰ ਮੈਂ ਸਾਰਿਆਂ ਦਾ ਧਿਆਨ ਰੱਖਦਾ ਬਹੁਤ ਮੇਰੇ ਮਨ 'ਚ ਇੱਕ ਗੱਲ ਹੈ ਕਿ ਯਾਰ ਬਾਕੀਆਂ ਨੂੰ ਤਾਂ ਦੁਨੀਆ ਮਿਲਦੀ ਰਹੂਗੀ ਉਹਨਾਂ ਦਾ ਹੌਸਲਾ ਵੀ ਬੁਝਾਉਂਦੀ ਰਹੂਗੀ ਪਰ ਇਹ ਇਹ ਲੋਕ ਨੇ ਜਿਹੜੇ ਇਹ ਮੈਨੂੰ ਜਾਦੇ ਪਿਆਰੇ ਨੇ ਦੀਪ ਦੇ ਜਾਣ ਤੋਂ ਬਾਅਦ ਸਿਮਰ ਮੈਨੂੰ ਬਹੁਤ ਜ਼ਿਆਦੇ ਐਦਾਂ ਲੱਗਦਾ ਹੁੰਦਾ ਕਿ ਯਾਰ ਜਦੋਂ ਉਹ ਇਹ ਗੱਲ ਕਹਿੰਦਾ ਕਿ ਬਾਈ ਕੀ ਕਰਾਂਗੇ ਆਪਾਂ ਕੀ ਕਰਾਂਗੇ ਤਾਂ ਮੈਨੂੰ ਇਹ ਗੱਲ ਲੱਗਦੀ ਹੁੰਦੀ ਹੈ ਕਿ ਜਦੋਂ ਸਿਮਰ ਮੈਨੂੰ ਵੀ ਮਿਲਿਆ ਉਹਨੇ ਕਿਹਾ ਕਿ ਬਾਈ ਹੁਣ ਆਪਾਂ ਨੂੰ ਗਾਲਾਂ ਕੌਣ ਕੱਢਿਆ ਕਰੂਗਾ ਉਹ ਬਹੁਤ ਮੈਂ ਮੈਂ ਬਹੁਤ ਛੋਟੀ ਜੀ ਗੱਲ ਕਰੂੰਗਾ ਮੈਂ ਬਹੁਤ ਉਹਨਾਂ ਨੂੰ ਛੇੜਦਾ ਹੁੰਦਾ ਸੀ ਇਹ ਮੇਰੇ ਕੋਲੇ ਹੁੰਦੇ ਸੀ ਉਦੋਂ ਬੰਬੇ ਜਦੋਂ ਮਤਲਬ ਅਸੀਂ ਪ੍ਰੋਡਕਸ਼ਨ ਦਾ ਕੰਮ ਕਰਦੇ ਸਿਮਰ ਤੇ ਨਵਦੀਪ ਜਿਹੜਾ ਬਾਹਰ ਚਲਾ ਗਿਆ ਇਹ ਡਰਦੇ ਬਹੁਤ ਸੀ ਦੀਪ ਤੋਂ ਹਨ ਤੇ ਜਿੱਦੇ ਕੰਮ ਖਤਮ ਹੋਣ ਵਾਲਾ ਹੁੰਦਾ ਇਹਨਾਂ ਦਾ ਟਿਕਟਾਂ ਹੁੰਦੀਆਂ ਪੰਜਾਬ ਦੀਆਂ ਤੇ ਬੜੇ ਖੁਸ਼ ਹੁੰਦੇ ਤੇ ਇਹ ਮੈਨੂੰ ਕਹਿੰਦੇ ਕਿ ਬਾਈ ਤੁਸੀਂ ਨਾ ਕਿਤੇ ਕੋਈ ਕੰਮ ਨਾ ਕੱਢ ਲਿਓ ਕਿਤੇ ਇਹ ਨਾ ਕਹਿ ਦਿਓ ਵੀ ਹਲੇ ਰੱਖ ਲਓ ਇਹਨਾਂ ਨੂੰ ਵੀ ਮੇਰੀਆਂ ਟਿਕਟਾਂ ਸਾਡੀਆਂ ਕੈਂਸਲ ਨਾ ਕਰਵਾ ਦਿਓ ਕਿਤੇ ਤੇ ਤੁਸੀਂ ਨਾ ਸਾਨੂੰ ਨਿਕਲ ਜਾਣ ਦਿਓ ਉੱਥੇ ਜੋ ਮਰਜ਼ੀ ਕਰ ਲਿਓ ਆ ਕੇ ਸ਼ੂਟਿੰਗ ਵੇਲੇ ਹਨਾ ਤਾਂ ਮੈਂ ਕਈ ਵਾਰੀ ਇਹਨਾਂ ਨੂੰ ਮੂਹਰੇ ਜਾਣ ਕੇ ਦੀਵਾਂ ਰੋ ਯਾਰ ਤੁਸੀਂ ਇਹ ਬੜਾ ਭਾਜਦੇ ਹੁੰਦੇ ਇਸ ਗੱਲ ਤੋਂ ਕਿ ਵੀ ਸਾਨੂੰ ਤਾਂ ਜਾਣ ਦਿਓ ਮਤਲਬ ਜਦੋਂ ਜਿਨੂੰ ਕਹਿੰਦੇ ਹੁੰਦੇ ਆ ਗੋਲੀ ਵਾਂਗੂ ਨਿਕਲਦੇ ਸੀ 에ਰਪੋਰਟ ਨੂੰ ਕਿ ਪੰਜਾਬ ਜਾਈਏ ਹਨਾ ਪਰ ਪਿਆਰ ਸੀਗਾ ਅਸਲ ਚ ਉਹ ਪਿਓ ਸੀ ਇਹਨਾਂ ਦੇ ਲਈ ਤਾਂ ਵੱਡਾ ਭਰਾ ਸੀ ਉਹ ਗੱਲ ਹੀ ਖਤਮ ਹੋ ਗਈ ਉਹ ਇੱਕ ਜਗ੍ਹਾ ਹੀ ਖਤਮ ਹੋ ਗਈ ਬੌਂਬੇ ਦੇ ਵਿੱਚ ਮੇਰੇ ਲਈ ਦੇਖੋ ਤੁਸੀਂ ਹੂੰ ਜਿਹੜੇ ਮੈਂ ਘਰ 'ਚ ਰਹਿ ਰਿਹਾ ਮੋਹਾਲੀ ਹੂੰ ਉੱਥੇ ਵੀ ਦੀ ਬਹੁਤ ਆਇਆ ਉਹ ਘਰ ਵੀ ਮੈਨੂੰ ਤੰਗ ਕਰਦਾ ਜਿਹੜਾ ਮੇਰਾ ਜੱਦੀ ਘਰ ਆ ਬਠਿੰਡੇ ਵਾਲਾ ਉੱਥੇ ਵੀ ਦੀਪ ਬਹੁਤ ਆਇਆ ਉਹ ਘਰ ਵੀ ਮੈਨੂੰ ਬਹੁਤ ਤੰਗ ਕਰਦਾ ਜਿਹੜਾ ਮੇਰਾ ਬੰਬੇ ਵਾਲਾ ਤੇ ਪੂਰਾ ਬੰਬੇ ਜਿੱਥੇ ਮੈਂ ਗਿਆ ਹੀ ਦੀਪ ਕਰਕੇ ਸੀ ਉਹ ਦੀਪ ਮਤਲਬ ਮੈਂ ਉਹ ਗੱਲ ਸੁੰਨੀ ਹੋ ਗਈ ਮੇਰੇ ਲਈ ਪੂਰਾ ਬੰਬੇ ਸੁੰਣਾ ਹੋ ਗਿਆ ਜੇ ਤੁਹਾਨੂੰ ਯਾਦ ਆ ਜਿਵੇਂ ਉਹ ਜਿਹੜੀ ਉਹਦੀ ਗੱਡੀ ਆ ਪੋਰਸ਼ 911 ਉਹਦੀ ਇੱਕ ਵੱਖਰੀ ਸਾਊਂਡ ਆ ਉਹ ਜਦੋਂ ਮੈਨੂੰ ਛੱਡਣ ਆਉਂਦਾ ਹੁੰਦਾ ਘਰੇ ਇੱਧਰ ਯਾਰੀ ਰੋਡ ਕੰਨੀ ਤੋ ਜਿਵੇਂ ਆਉਂਦਾ ਲੋਕ ਖੜ ਕੇ ਦੇਖਦੇ ਉਸ ਗੱਡੀ ਨੂੰ ਹਨਾ ਫਿਰ ਉੱਥੋਂ ਇੱਕ ਖਾਸ ਜਗ੍ਹਾ ਤੋਂ ਮੈਂ ਉਹਨੂੰ ਗਲੀਆਂ 'ਚ ਨਹੀਂ ਸੀ ਵਾਰਦਾ ਹੁੰਦਾ ਮੈਂ ਉੱਥੋਂ ਤੁਰ ਕੇ ਚਲਾ ਜਾਂਦਾ ਉਹ ਚੌਂਕ 'ਚੋਂ ਗੱਡੀ ਮੋੜਦਾ ਉਹ ਇੱਕ ਬੰਬੇ ਜਿਵੇਂ ਮੈਨੂੰ ਲੱਗਦਾ ਸੀ ਭਰਿਆ ਭਰਿਆ ਉਹ ਬਹੁਤ ਖਾਲੀ ਹੋ ਗਿਆ ਹੁਣ ਮੈਂ ਸੋਚ ਵੀ ਨਹੀਂ ਸਕਦਾ ਮਤਲਬ ਇੱਕ ਜੂਹੂ ਦੇ ਵਿੱਚ ਉਹ ਗਲੀ ਉਹ ਸਾਰਾ ਕੁਛ ਆ ਜਿਹੜਾ ਵੀ ਉੱਥੇ ਦੀਪ ਨਹੀਂ ਹੋਊਗਾ ਉਹਦਾ ਫੇਵਰੇਟ ਹੋਟਲ ਉਹ ਜਿੱਥੇ ਆਪਾਂ ਮਿਲੇ ਸੀਗੇ ਹਾਂਜੀ ਉਹ ਸਾਰਾ ਕੁਛ ਹੀ ਉਹਦੀ ਬਹੁਤ ਔਖਾ ਹੈ ਸਾਰਾ ਕੁਝ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਸਾਨੂੰ ਇਹ ਬੜਾ ਵੱਡਾ ਘਾਟਾ ਜਿਹੜਾ ਪੂਰਾ ਨਹੀਂ ਹੋ ਸਕਦਾ ਔਰ ਅਸੀਂ ਤੁਹਾਡੇ ਇਸ ਅਹਿਸਾਸ ਨੂੰ ਸਮਝਦੇ ਹਾਂ ਬਹੁਤ ਸ਼ੁਕਰੀਆ ਅਮਰਦੀਪ ਗਿੱਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕੁਝ ਗੱਲਾਂ ਐਸੀਆਂ ਨੇ ਜੋ ਕੀਤੀਆਂ ਨਹੀਂ ਜਾ ਸਕਦੀਆਂ ਹੁੰਦੀਆਂ ਸਿਰਫ ਉਹ ਮਹਿਸੂਸ ਹੁੰਦੀਆਂ ਨੇ ਸ਼ਾਇਦ ਅਮਰਦੀਪ ਸਿੰਘ ਗਿੱਲ ਹੋਣਾ ਦੀ ਇਸ ਪੂਰੀ ਗੱਲਬਾਤ ਦੇ ਵਿੱਚੋਂ ਉਹ ਤੁਸੀਂ ਮਹਿਸੂਸ ਕਰ ਸਕਦੇ ਹੋ ਦੀਪ ਸਿੱਧੂ ਇਤਿਹਾਸ ਬਣ ਗਿਆ ਪ੍ਰਦੀਪ ਸਿੱਧੂ ਸਦਾ ਜਗਦਾ ਰਹੇਗਾ ਇਹ ਦੀਪ ਸਦਾ ਅਮਰ ਰਹੇਗਾ ਇਸ ਪੇਸ਼ਕਸ਼ ਚ ਨਹੀਂ ਜਾ ਸਕਤੇ